ਮਲੇਸ਼ੀਆ ਦੇ ਨਾਲ ਜੁੜੀ ਹੋਈ ਹੈ ਜਿਸ ਵਿੱਚ ਸੋਨੀਆ ਦੋ ਭਰਾ ਮੋਨੂ ਅਤੇ ਸੋਨੂ ਇਸ ਵੇਲੇ ਸੋਨੂ ਜਿਹੜੇ ਨੇ ਉਹ ਨਹੀਂ ਹੈ ਮੋਨੂ ਨੇ ਜਿਨ੍ਹਾਂ ਨੇ ਇਹਨਾਂ ਨੂੰ ਅਨਿਸ਼ਚਿਤ ਤੌਰ ਤੇ ਮਦਦ ਕੀਤੀ ਹੈ ਸੋਨੀਆ ਜਿਹੜੀ ਇੱਕ ਐਸੀ ਲੜਕੀ ਜਿਹੜੀ ਕਿ ਲੁਧਿਆਣੇ ਵਿੱਚ ਵੀ ਇਹਨਾਂ ਦੇ ਉੱਪਰ ਕੇਸ ਦਰਜ ਨੇ ਇਹ ਕਹਿਣਾ ਹੈ ਮੋਨੂ ਦਾ ਸੋਨੀਆ ਤੁਹਾਡਾ ਪੂਰਾ ਪਰਿਵਾਰ ਹੈ ਇਹ ਧੰਦਾ ਕਰਦਾ ਹੈ ਬਾਹਰ ਵਿਦੇਸ਼ ਨੂੰ ਭੇਜਣ ਦਾ ਇਹ ਸੱਚ ਹੈ ਨਹੀਂ ਨਹੀਂ ਸਰ ਨਹੀਂ ਬਿਲਕੁਲ ਇਹ ਬਿਲਕੁਲ ਗਲਤ ਹੈਗਾ ਆ ਇਹਨਾਂ ਦੇ ਮੇਰੀ ਗੱਲ ਸੁਣੋ ਸਰ ਮੈਂ ਆਪਣੇ ਘਰਦਿਆਂ ਨੂੰ ਬਿਲਕੁਲ ਨਹੀਂ ਬੁਲਾਉਂਦੀ ਹੈਗੀ ਆ ਠੀਕ ਹੈ ਨਾ ਨਾ ਹੀ ਮੈਂ ਉਹਨਾਂ ਦੇ ਨਾਲ ਕੋਈ ਮਤਲਬ ਰੱਖਦੀ ਹਾਂ ਬੁਲਾਉਂਦੀ ਆਪੇ ਨੀ ਧੂਪਾਂ ਚ ਇੰਡੀਆ ਨੀ ਜਾਂਦੀ ਗੀ ਕੌਣ ਭੱਜ ਗਿਆ ਕੌਣ ਭੱਜ ਗਿਆ ਸਰ ਮੇਰੀ ਗੱਲ ਸੁਣੋ ਠੀਕ ਹੈ ਨਾ ਭੱਜਣ ਭਜਾਉਣ ਵਾਲੀ ਗੱਲ ਤੁਹਾਡੇ ਚ ਹੈਗੀ ਸਾਡੇ ਚ ਨੀ ਹੈਗੀ ਆ ਠੀਕ ਹੈ ਜੇ ਮੈਨੂੰ ਬੁਲਾਇਆ ਹੋਇਆ ਨਾ ਠੀਕ ਹੈ ਮੇਰੀ ਗੱਲ ਸੁਣੋ ਠੀਕ ਹੈ ਮੋਨੂ ਜੀ ਤੁਹਾਡਾ ਭਰਾ ਜਿਹੜਾ ਸੋਨੂ ਤੁਹਾਡੇ ਨਾਲ ਬੋਲਦਾ ਇਸ ਵੇਲੇ ਗੱਲ ਕਰਦਾ ਆ ਹਾਂਜੀ ਬੋਲਦਾ ਹੈਗਾ ਇਹਦੇ ਕੋਲ ਹੀ ਜਾਂਦਾ ਆ ਸਰ ਐ ਸੋਨੂ ਨਾਲ ਅਸੀਂ ਗੱਲ ਕਰ ਸਕਦੇ ਆ ਪਰ ਉਹ ਕਰਦਾ ਕੰਮ ਸ਼ਾਲਮ ਵਿੱਚ ਮੇਰੀ ਸੋਨੀਆ ਸੋਨੂ ਤੇ ਮੋਨੂ ਮੋਨੂ ਇਸ ਵੇਲੇ ਲਾਈਨ 'ਤੇ ਨੇ ਅਤੇ ਸੋਨੀਆ ਸੋਨੂ ਨਾਲ ਸੰਬੰਧ ਸਨ ਅਤੇ ਮੋਨੂ ਜਿਸ ਨੇ ਇਹਨਾਂ ਦੇ ਕਹਿਣ ਤੇ ਮਦਦ ਦਿੱਤੀ ਆ ਪਰ ਮੋਨੂ ਦਾ ਕੋਈ ਕਸੂਰ ਨਹੀਂ ਹੈ ਮੋਨੂ ਨੇ ਸਾਨੂੰ ਕੁਝ ਤੁਹਾਡੇ ਸਾਹਮਣੇ ਡਾਕੂਮੈਂਟ ਭੇਜੇ ਨੇ ਔਰ ਸੋਨੀਆ ਜਿਹੜੀ ਝੂਠ ਬੋਲ ਰਹੀ ਆ ਅੱਜ ਪਬਲਿਕ ਓਪੀਨੀਅਨ ਚਾਂਸ ਉਸ ਸਭ ਲਾਈਨ ਬੰਦ ਦਿਓ ਨੰਬਰ 1 ਨੰਬਰ 4 ਕਾਲ ਤੁਹਾਡੇ ਮੁਤਾਬਕ ਕੌਣ ਸਹੀ ਕੌਣ ਗਲਤ ਹੈ ਗੁੱਡ ਮਾਰਨਿੰਗ ਜੀ ਸਰ ਜੀ ਸਰ ਸਾਨੂੰ ਐ ਲੱਗਦਾ ਕਿ ਇਹ ਜੇ ਕੁੜੀ ਗਲਤ ਆ ਜੀ ਆ ਹੁਣ ਜਿੱਦਾਂ ਤੁਸੀਂ ਵੀਡੀਓ ਵੀ ਦਿਖਾਈ ਤੇ ਹੁਣ ਜਿੱਦਾਂ ਇਹ ਕਹਿ ਰਹੀ ਹੈ ਕਿ ਜੇ ਇਲੀਗਲ ਰਹਿ ਰਹੀ ਹੈ ਸਰ ਸਾਨੂੰ ਐ ਲੱਗਦਾ ਕੁੜੀ ਇਲੀਗਲ ਆ ਤੁਹਾਨੂੰ ਉੱਥੇ ਦੀ ਪੁਲਿਸ ਨੂੰ ਕਾਲ ਕਰਕੇ ਦੀ ਕੰਪਲੇਂਟ ਕਰਨੀ ਚਾਹੀਦੀ ਆ ਆਈ ਨੋ ਇਟਸ ਨਾਟ ਅ ਰਾਈਟ ਥਿੰਗ ਬਟ ਆ ਜਿਹੜੇ ਦੋ ਦੋ ਭਰਾ ਮੈਂ ਮੋਨੂ ਨਾਲ ਗੱਲ ਕਰ ਸਕਦਾ ਹਾਂ ਗੱਲ ਕਰ ਲੈ ਮੋਨੂ ਜੀ ਬੋਲੋ ਬੋਲਣ ਦੀ ਬੋਲੀ ਜੀ ਤੁਹਾਡੇ ਨਾਲ ਗੱਲ ਕਰਾਂਗੇ ਬੋਲੋ ਹਾਂਜੀ ਹਾਂਜੀ ਵੀਰ ਜੀ ਬ੍ਰੋ ਕੀ ਹਾਲ ਨੇ ਸਰ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਪ੍ਰੂਫ ਵੇਖੋ ਫਿਰ ਗੱਲ ਕਰੋ ਠੀਕ ਹੈ ਮੇਰੇ ਤੋਂ ਹਰ ਇੱਕ ਪ੍ਰੂਫ ਪਏ ਸੋਨੀਆ ਸਟਾਪ ਸਟਾਪ ਦ ਨੌਨਸੈਂਸ ਹੋਲਡ ਔਨ ਓਕੇ ਗੱਲ ਕਰੋ ਇਹਦੇ ਤੋਂ ਆਲਰੇਡੀ ਮੇਰਾ ਬ੍ਰਦਰ ਡਿਪਰੈਸ਼ਨ ਤੋਂ ਜਾਣ ਤੋਂ ਬਾਅਦ ਆਲਰੇਡੀ ਉਹਦੇ ਤੋਂ ਕੰਪਲੇਂਟ ਵੀ ਕਰਵਾਈ ਹੋਈ ਹੈ ਇੱਥੇ ਦੀ ਏਰੀਆ ਦੀ ਐਂਬੈਸੀ ਦੇ ਤੁਸੀਂ ਸਵਾਲ ਕਰਨਾ ਚਾਹੁੰਦੇ ਮੋਨੂ ਨੂੰ ਕੋਈ ਹੈਲੋ ਹਾਂ ਸੋਨੀ ਜੀ ਕੀ ਕਹਿਣਾ ਚਾਹੁੰਦੇ ਬੋਲੋ ਹਾਂਜੀ ਸਰ ਮੈਂ ਇਹ ਕਹਿਣਾ ਚਾਹੁੰਦੀ ਹੈਗੀ ਆ ਠੀਕ ਹੈ ਇਹ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਚੱਕਦੇ ਪਏ ਜਿਹੜੀ ਗੱਲ ਮੈਂ ਇਹਨਾਂ ਨਾਲ ਕਰਦੀ ਪਈ ਉਹ ਤੇ ਮੇਰੀ ਗੱਲ ਦਾ ਸਰ ਜਵਾਬ ਨਹੀਂ ਦਿੰਦੇ ਪਏ ਹੈਗੇ ਆ ਠੀਕ ਹੈ ਜਿਹੜੀ ਇਹਦੇ ਭਰਾ ਨੇ ਜਿਹੜੀ ਮੇਰੇ ਨਾਲ ਕੀਤੀ ਮੈਂ ਉਹ ਗੱਲ ਤੇ ਕਰਦੀ ਪਈ ਹੈਗੀ ਕਿ ਹਾਂ ਵੀ ਇਹਦੇ ਭਰਾ ਨੇ ਮੇਰੇ ਨਾਲ ਇੱਦਾਂ ਕਾਹਤੋਂ ਕੀਤੀ ਹੈਗੀ ਆ ਭਰਾ ਨੇ ਕੀਤੀ ਹੈ ਪਰ ਨਾਲ ਦੀ ਨਾਲ ਤੁਸੀਂ ਕੁਝ ਇੰਡੀਆ ਤੋਂ ਬੁਲਾ ਕੇ ਮੈਨੂੰ ਠੀਕ ਹੈ ਨਾ ਇਹਨਾਂ ਨੇ ਖੁਦ ਮੈਨੂੰ ਇਹ ਖੁਦ ਏਜੰਟੀ ਇਹਦੇ ਭਰਾ ਦੀ ਰਿਪੋਰਟਿੰਗ ਤੁਹਾਨੂੰ ਸੈਂਡ ਕਰਾ ਇਹਦੇ ਭਰਾ ਨੇ ਖੁਦ ਮੈਨੂੰ ਕਿਹਾ ਇਹਦੇ ਭਰਾ ਨੇ ਖੁਦ ਮੈਨੂੰ ਕਿਹਾ ਆ ਸਰ ਇਹਦੇ ਭਰਾ ਨੇ ਖੁਦ ਮੈਨੂੰ ਕਿਹਾ ਹੈਗਾ ਆ ਕਿ ਹਾਂ ਵੀ ਤੂੰ ਇੱਕ ਏਜੰਟ ਇੱਕ ਤਰ੍ਹਾਂ ਮੇਰਾ ਭਰਾ ਏਜੰਟ ਠੀਕ ਹੈ ਨਾ ਮੈਂ ਰਿਪੋਰਟਿੰਗ ਪਾ ਦੇਣੀ ਹੈਗੀ ਆ ਇਹਨਾਂ ਨੇ ਖੁਦ ਮੈਨੂੰ ਦੋ ਮੁੰਡੇ ਏਜੰਟ ਕਰੇ ਕਿੰਨੇ ਮੁੰਡੇ ਤੋਂ ਤਫਾ ਤੇ ਸਾਰੇ ਇਮੀਗ੍ਰੇਸ਼ਨ ਚ ਪਏ ਆ ਸਾਰੇ ਦੇਵਾ ਟਿਕਟਾਂ ਉਹਨਾਂ ਦੇ ਵੀ ਸ਼ੋਅ ਕਰਾ ਜਿਹਦੀ ਰਿਪੋਰਟ ਹੋਈ ਉਹ ਵੀ ਕਰਾ ਸ਼ੋਅ ਸਾਰਾ ਕੁਝ ਮੇਰੇ ਤੋਂ ਸਾਰੇ ਪ੍ਰੂਫ ਪਏ ਆ ਤੁਸੀਂ ਮੇਰੇ ਤੋਂ ਉਲਟਾ ਪੈਸੇ ਲਿੱਤੇ ਹੈਗੇ ਆ ਦੇਖੋ ਇਹ ਕੁੜੀ ਆਪਣੇ ਬੱਚਿਆਂ ਨੂੰ ਛੱਡ ਕੇ ਆਈ ਹੈ ਇਹਨੂੰ ਪਰਵਾਹ ਹੈ ਨੀ ਕੋਈ ਇੱਥੇ ਲਾ ਲੋ ਕਿ ਕੁੜੀ ਦਾ ਹਿਸਾਬ ਕਿਤਾਬ ਕੀ ਹੋਏਗਾ ਫਿਰ ਇਹਨੇ ਤੁਹਾਡੇ ਕੋਈ ਗੱਲ ਲੁਕਾਈ ਕਿ ਏਜੰਟ ਵੀ ਹੈਗੀ ਹੈ
फिर इन्हें इधी गल कही कि उस रूम में सर मैं एजेंट नहीं है कि यार ठीक है ना मैं एजेंट ही नहीं कर दी है कि मेरे को कोई लाइसेंस है मेरे को कुछ होगा या ठीक है दो महीने वास्ते मैं इंडिया गई है दो महीने से मैं केडी एजेंट ही कर लूंगी तो सो मैंने मान लिया नहीं कर दे ठीक है चलो छोड़ो फिर तुसी क्या कि उस रूम दे विच कोई और लेडीज नहीं रहंदी सी हुण तुसी आप मानदे हो कि उधर मैं तेरी गल कीती नहीं हैगी है ठीक है ना मैं ये गल कीती है पहला रसो पहला तुम रिकॉर्डिंग तो सारी सुनो मैं ना किसी हस्बैंड वाइफ ना नाल ना किसी दे नाल है ठीक है ना मैं ये क्या कि हां भी ओदे भरा ने कंपनी दा रूम सानू दित्ता सीगा या असि उस कंपनी दे रूम ते सोने जेने 4 महीने गए आ रह रहे सी ना ਤੁਸੀਂ ਕਹੀ ਕਿ ਇੱਥੇ ਸਾਰੇ ਬੰਦੇ ਰਹਿ ਰਹੇ ਕੋਈ ਲੇਡੀਜ਼ ਨਹੀਂ ਰਹਿ ਰਹੀ ਫਿਰ ਤੁਸੀਂ ਉਸ ਰੂਮ ਦੇ ਵਿੱਚ ਪਹਿਲਾਂ ਮੇਰੀ ਗੱਲ ਜਿਹੜੇ ਠੀਕ ਹੈ ਫਿਰ ਤੁਸੀਂ ਉਹ ਰਿਲੇਸ਼ਨ ਲੇਡੀਜ਼ ਉੱਪਰ ਰਹਿ ਸੀ ਉਹਦੇ ਨਾਲ ਵੀ ਇੱਕ ਲੜਾਈ ਕੀਤੀ ਇੱਕ ਸੈਕਿੰਡ ਮੋਨੂ ਸਾਹਿਬ ਇੱਕ ਸੈਕਿੰਡ ਚੁੱਪ ਕਰ ਜਾਓ ਫਿਰ ਦੇਖੋ ਜੀ ਤੁਸੀਂ ਫੋਟੋਆਂ ਦੇਖੋ ਜਿਹੜੀ ਇਹਨੇ ਖਿੱਚੀਆਂ ਇਹਨੇ ਖੁਦ ਖਿੱਚੀਆਂ ਫੋਟੋਆਂ ਮੁੰਡਾ ਮੂੰਹ ਲੁਕਾਉਂਦਾ ਪਿਆ हस्बैंड वाइफ तुहाडा व्याह हुंदा या कुछ भी है तुसीं अपनी वाइफ दे नाल फोटोआं नहीं खिंचदे हैगे हो जिथे बाकी जने भी रह रहे सीगे ठीक है कॉमन रूम दे विच चुप कर दो मिनट लई चुप कर रही बस सुनिए जी कुछ बोलना नहीं तुसी गल कर एंडली गल कह रहे हो देखो जी बस सब कुड़ी बहुत गलत हैगी है ਦੂਸਰਾ ਹੈਗਾ ਕਿ ਸੋਨੂ ਦਾ ਨਾ ਘਰ ਚੰਗੀ ਤਰ੍ਹਾਂ ਬਚਿਆ ਹੋਇਆ ਤੁਸੀਂ ਮੇਰਾ ਕੀ ਗਲਤ ਦੇਖਿਆ ਹੈਗਾ ਤੁਸੀਂ ਮੈਨੂੰ ਗਲਤ ਕਹਿ ਰਹੇ ਹੋ ਕੀ ਗਲਤ ਦੇਖਿਆ ਹੈਗਾ ਸੋ ਮੇਰਾ ਉਜੜ ਗਿਆ ਨਾ ਉਹਨੂੰ ਛੱਡ ਦੋ ਜਿਹੜਾ ਵਸਿਆ ਹੋਇਆ ਨਾ ਉਹਨੂੰ ਇਹ ਕੁੜੀ ਡੈਮੇਜ ਨਾ ਕਰੇ ਬਾਕੀ ਬਸ ਤੁਹਾਨੂੰ ਪਤਾ ਮੈਂ ਰੈਗੂਲਰ ਕਾਲਰ ਹੈਗਾ ਮੇਰੀ ਕੋਈ ਬਾਇਸਨੈਸ ਨਹੀਂ ਹੈਗੀ ਮੈਂ ਬਿਲਕੁਲ ਨਿਰਪੱਖ ਓਪੀਨੀਅਨ ਦਿੱਤਾ ਆਪਣਾ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਨੈਕਸਟ ਕਾਲ ਪਲੀਜ਼ ਹਾਂਜੀ ਨੰਬਰ 3 ਕਾਲਰ ਹਾਂਜੀ ਬਸ ਸਾਹਿਬ ਮੈਂ ਤਾਂ ਇੱਕ ਥੋੜੇ ਥਰੂ ਇੱਕ ਜੁਆਇੰਟ ਲਾਇਆ ਵੀ ਇਹ ਗਰੁੱਪ ਹੈ ਕਿੰਨਾ ਦਾ ਗਰੁੱਪ ਹੈ ਇਹਨਾਂ ਦੇ ਆਪਸ ਵਿੱਚ ਹੋ ਗਈ ਅਣ ਬਣ ਪੈ ਗਿਆ ਪਿੱਛੇ ਇਹ ਇੱਕ ਦੂਜੇ ਤੇ ਬਲੇਮ ਲਾ ਰਹੇ ਹੈ ਮਲੇਸ਼ੀਆ ਚ ਸੋਨੀਆ ਗਲਤ ਹੈ ਦੂਜੇ ਪਾਸੇ ਮੋਨੂ ਜੀ ਨੇ ਪਹਿਲਾਂ ਸ਼ੈਲਟਰ ਦਿੱਤਾ ਸੀ ਤਾਂ ਉਸ ਤੋਂ ਬਾਦ ਸੋਨੂ ਮੋਨੂ ਦਾ ਭਰਾ ਹੈ ਜਿਹੜਾ ਕਿ ਇਹਨਾਂ ਦੇ ਨਾਲ ਰਿਲੇਸ਼ਨ ਵਿੱਚ ਰਿਹਾ ਖੁਦ ਆਪ ਮੋਨੂ ਨੂੰ ਮੰਨਦਾ ਆ ਸੋਨੀਆ ਨੇ ਦੇਖਿਆ ਜਾਵੇ ਕਿ ਇਹ ਖੁਦ ਵੀ ਆਪ ਬਲੈਕਮੇਲ ਕੀਤਾ ਲੋਕਾਂ ਨੂੰ ਅਤੇ ਇੱਥੇ ਮਲੇਸ਼ੀਆ ਵਿੱਚ ਲੋਕਾਂ ਨੂੰ ਸੱਦ ਕੇ ਸੱਦਿਆ ਆ ਅਤੇ ਕੁਝ ਲੋਕਾਂ ਨੂੰ ਇਹਨੇ ਜੇਲ੍ਹ ਵੀ ਕਰਾਇਆ ਹੈ ਇਹ ਮੋਨਵੀ ਸਟੇਟਮੈਂਟ ਆ ਸਰ ਮੈਂ ਨਹੀਂ ਹੋਲਡ ਹੋਲਡ ਆਨ 1 ਸੈਕਿੰਡ ਅਸੀਂ ਕੁਝ ਸਰ ਮੈਂ ਕਿਸੇ ਨੂੰ ਜੇਲ੍ਹ ਨਹੀਂ ਕਰਾਇਆ ਠੀਕ ਹੈ ਨਾ ਅਗਲੇ ਕੰਮ ਕਰਦੇ ਸੀਗੇ ਅਗਲੇ ਇਮੀਗ੍ਰੇਸ਼ਨ ਸਾਰੀ ਦੁਨੀਆ ਇੱਥੇ ਕੰਮ ਕਰਦੀ ਹੈਗੀ ਆ ਠੀਕ ਹੈ ਪਰਮਿਟ ਲਵਾਉਗੀ ਆਪਦਾ ਪਰਮਿਟ ਵੀ ਉੱਥੋਂ ਉਹਨਾਂ ਦਾ ਕਿੱਥੋਂ ਪਰਮਿਟ ਲਵਾ ਦੇਗੀ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੀ ਸਟੋਰੀ ਮਲੇਸ਼ੀਆ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਸੋਨੀਆ ਦੋ ਭਰਾ ਮੋਨੂ ਅਤੇ ਸੋਨੂ ਇਸ ਵੇਲੇ ਸੋਨੂ ਜਿਹੜੇ ਨੇ ਉਹ ਨਹੀਂ ਹੈ ਮੋਨੂ ਨੇ ਜਿਨ੍ਹਾਂ ਨੇ ਇਹਨਾਂ ਨੂੰ ਅਨਿਸ਼ਚਿਤ ਤੌਰ ਤੇ ਮਦਦ ਕੀਤੀ ਆ ਸੋਨੀਆ ਜਿਹੜੀ ਇੱਕ ਐਸੀ ਲੜਕੀ ਜਿਹੜੀ ਕਿ ਲੁਧਿਆਣੇ ਵਿੱਚ ਵੀ ਇਹਨਾਂ ਦੇ ਉੱਪਰ ਕੇਸ ਦਰਜ ਨੇ ਇਹ ਕਹਿਣਾ ਹੈ ਮੋਨੂ ਦਾ ਸੋਨੀਆ ਤੁਹਾਡਾ ਪੂਰਾ ਪਰਿਵਾਰ ਇਹ ਧੰਦਾ ਕਰਦਾ ਆ ਬਾਹਰ ਨਿਰਦੇਸ਼ਨ ਭੇਜਣ ਦਾ ਇਹ ਸੱਚ ਹੈ ਨਹੀਂ ਨਹੀਂ ਸਰ ਨਹੀਂ ਬਿਲਕੁਲ ਇਹ ਬਿਲਕੁਲ ਗਲਤ ਹੈਗਾ ਆ ਇਹਨਾਂ ਦੇ ਮੇਰੀ ਗੱਲ ਸੁਣੋ ਸਰ ਮੈਂ ਆਪਣੇ ਘਰਦਿਆਂ ਨੂੰ ਬਿਲਕੁਲ ਨਹੀਂ ਬੁਲਾਉਂਦੀ ਹੈਗੀ ਆ ਠੀਕ ਹੈ ਨਾ ਹੀ ਮੈਂ ਉਹਨਾਂ ਦੇ ਨਾਲ ਕੋਈ ਮਤਲਬ ਰੱਖਦੀ ਹਾਂ ਠੀਕ ਹੈ ਪੈਸੇ ਲੈ ਕੇ ਭੱਜ ਗਏ ਸਾਰੇ
ਬੁਲਾਉਂਦੀ ਆਪੇ ਨੀ ਤੂੰ ਪਾਸ ਇੰਡੀਆ ਨੀ ਜਾਂਦੀ ਗੀ ਕੌਣ ਭੱਜ ਗਿਆ ਕੌਣ ਭੱਜ ਗਿਆ ਸਰ ਮੇਰੀ ਗੱਲ ਸੁਣੋ ਠੀਕ ਹੈ ਨਾ ਭੱਜਣ ਭਜਾਉਣ ਵਾਲੀ ਗੱਲ ਤੁਹਾਡੇ ਚ ਹੈਗੀ ਹੈ ਸਾਡੇ ਚ ਨੀ ਹੈਗੀ ਆ ਠੀਕ ਹੈ ਜੇ ਮੈਨੂੰ ਬੁਲਾਇਆ ਹੈ ਨਾ ਠੀਕ ਹੈ ਇਹਨੂੰ ਸਭ ਪਤਾ ਮੈਂ ਕਿੱਥੇ ਰਹਿੰਦਾ ਸਾਰਾ ਕੁਝ ਮੇਰਾ ਨੰਬਰ ਤੱਕ ਤੁਹਾਨੂੰ ਨੰਬਰ ਤੱਕ ਨੂੰ ਦਿੱਤਾ ਇਹਨੇ ਮੇਰਾ ਨੰਬਰ ਨੰਬਰ ਤੱਕ ਦਿੱਤਾ ਅੱਛਾ ਸਾਰਾ ਪਤਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਤੁਸੀਂ ਇਹਨੂੰ ਤੁਸੀਂ ਨਾ ਮੈਂ ਨੰਬਰ ਬਲੈਕਲਿਸਟ ਚ ਪਾਇਆ ਹੋਇਆ ਹੈ ਮੈਂ ਤਾਂ ਰਿਕਾਰਡ ਦਾ ਸੈਂਡ ਕਰਦੀ ਹਾਂ ਇਹਨੇ ਕਿੱਦਾਂ ਮੈਨੂੰ ਧਮਕੀਆਂ ਦਿੱਤੀਆਂ ਹੋਈਆਂ ਜੇ ਮੈਂ ਇਹਨੂੰ ਕੁਝ ਗੱਲ ਕਹੀ ਹੋਵੇ ਮਾਰਿਆ ਹੋਵੇ ਕੁੱਟਿਆ ਹੋਵੇ ਜਾਂ ਧਮਕੀ ਦਿੱਤੀ ਹੋਵੇ ਇਹ ਕੱਲ ਪਰਸੋਂ ਇੱਥੇ ਆਈ ਆ ਧਮਕੀ ਦਿੱਤੀ ਹੈ ਸਰ ਮੈਂ ਰਿਕਾਰਡਿੰਗ ਤੁਹਾਨੂੰ ਪਾ ਦਿੰਦੀ ਹੈਗੀ ਕਿੱਦਾਂ ਨੇ ਮੈਨੂੰ ਧਮਕੀ ਦਿੱਤੀ ਹੈਗੀ ਮੈਂ ਤੁਹਾਨੂੰ ਰਿਕਾਰਡਿੰਗ ਸੈਂਡ ਕਰ ਦਿੰਨੀ ਹਾਂ ਇਹਨਾਂ ਦੀ ਨਹੀਂ ਜੇ ਧਮਕੀ ਦਿੱਤੀ ਤਾਂ ਪੁਲਿਸ ਨੂੰ ਇਨਫੋਰਮ ਕਰਨ ਕਰਨੀ ਸੋਣੀਆਂ ਜਲੂਸ ਕੱਢ ਦਿੱਤਾ ਨਾ ਦੋਨੇ ਭਰਾਵਾਂ ਨੇ ਰਲ ਕੇ ਸਰ ਮੈਨੂੰ ਕੁਛ ਨੀ ਪਤਾ ਲੱਗਦਾ ਮੈਨੂੰ ਕਹਿੰਦੇ ਪਏ ਆ ਨਾ ਕਿ ਹਾਂ ਵੀ ਜੇ ਸਾਰੇ ਕਹਿੰਦੇ ਪਏ ਨਾ ਕਿ ਹਾਂ ਦੇਖੋ ਜੀ ਨੇ ਲਾਈਨ ਹੋਲਡ ਰੱਖੋ ਕੁੜੀ ਨੂੰ ਪਲੀਜ਼ ਸੋਨੀਆ ਕੋਚ ਇੱਕ ਮਿੰਟ ਪਲੀਜ਼ ਯਾ ਸੋਨੀਆ ਹੋਲਡ ਔਨ ਹਾਂ ਮੋਨੀ ਜੀ ਗੱਲ ਕਰੋ ਹਾਂਜੀ ਸਰ ਇਹਨੇ ਇਹ ਗੱਲ ਪੁੱਛੋ ਜਦੋਂ ਇੱਥੇ ਜਾਂਦੀ ਹੈ ਡਿਪੋਰਟ ਹੋ ਕੇ ਉਦੋਂ ਇਹਨੇ ਨੇਪਾਲੀ ਜਿਹਦੇ ਨਾਲ ਰਹਿੰਦੀ ਸੀਗੀ ਉਹਦੇ ਘਰ ਦੀ ਨੂੰ ਇਹਨੇ ਵੀਡੀਓ ਪਾਈਆਂ ਉਹਦੇ ਮੁੰਡੇ ਨੂੰ ਇਹਨੇ ਵੀਡੀਓ ਪਾਈਆਂ ਉਹਦੇ ਨਾਲ ਵੀ ਇਹਨੇ ਬਲੈਕਮੇਲ ਕੀਤਾ ਮੇਰੇ ਨਾਲ ਵਿਆਹ ਕਰਾ ਉਹਦੇ ਉਹਦੀਆਂ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਉਹਨੇ ਹੀ ਸਾਨੂੰ ਪਾਸਪੋਰਟ ਕਾਪੀ ਦਿੱਤੀ ਹੈ ਜੀ ਮੈਨੂੰ ਤੁਸੀਂ ਇਹਨੂੰ ਫਿਜ਼ੀਕਲੀ ਦੇਖਿਆ ਫਿਜ਼ੀਕਲ ਤੌਰ ਤੇ ਤੁਸੀਂ ਮਿਲੇ ਵੀ ਇਹਨੂੰ ਕਦੇ ਕਦੇ ਚਾਹ ਦਾ ਕੱਪ ਤੁਸੀਂ ਪੀਤਾ ਪਿਲਾਇਆ ਖਾਣਾ ਖਿਲਾਇਆ ਹੋਵੇ ਆਪਣੇ ਘਰ ਹਾਂਜੀ ਹਾਂਜੀ ਮਿਲੇ ਆ ਜੀ ਉਹ ਫੇਸ ਟੂ ਫੇਸ ਮਿਲੇ ਆ ਜੀ ਤੁਸੀਂ ਫੇਸ ਟੂ ਫੇਸ ਕਿੰਨੀ ਵਾਰ ਮਿਲੇ ਹੋ ਮੈਂ ਦੇਖੋ ਜੀ ਹਫਤੇ ਵਿੱਚ ਜਿੱਥੇ ਰਹਿੰਦੇ ਸੀਗੇ ਜਿਹੜਾ ਰੂਮ ਸੀ ਉੱਥੇ ਮੇਰੇ ਦੂਸਰੇ ਵੀ ਜਿਹੜੇ ਮੇਰੀ ਡਿਊਟੀ ਹੈ ਜੀ ਵਰਕਰਾਂ ਨੂੰ ਜਿੱਦਾਂ ਕਿਸੇ ਨੂੰ ਕੰਪਨੀ 'ਚ ਪ੍ਰੋਬਲਮ ਹੈ ਕੋਈ ਬਿਮਾਰ ਹੈ ਕੋਈ ਕਿਸੇ ਦੀ ਰੂਮ ਦੀ ਪ੍ਰੋਬਲਮ ਹੈ ਮੈਂ ਉਹ ਸੈਟਲ ਕਰਦਾ ਮੈਂ ਉੱਥੇ ਰੂਮ ਦੇ ਵਿੱਚ ਜਾਂਦਾ ਰਹਿੰਦਾ ਸੀ ਜਿੱਥੇ ਰਹਿੰਦੀ ਸੀਗੀ ਉਦੋਂ ਮਿਲਦੇ ਸੀ ਹੈਲੋ ਹਾਈ ਹੁੰਦੀ ਸੀ ਤੁਹਾਨੂੰ ਪਤਾ ਕਿ ਤੁਹਾਡੇ ਭਰਾ ਇਹ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੇ ਭਰਾ ਦੇ ਰਿਲੇਸ਼ਨ ਇਸ ਔਰਤ ਨਾਲ ਰਹੇ ਨੇ ਇਹ ਸੱਚੀ ਗੱਲ ਹੈ ਵੈਰੀ ਗੁੱਡ ਆਈ ਸੀ ਆਰ ਲਾਈਨ ਨੂੰ ਹੋਲਡ ਰੱਖੋ ਅਸੀਂ ਕੁਛ ਕਾਲ ਲੈ ਰਹੇ ਸੀ ਸਭ ਕਾਲ ਦਿਓ ਅਗਲੀ ਕਾਲ ਨੰਬਰ 1 ਕਾਲ ਲਾਈਨ ਤੇ ਹੋ ਹੈਲੋ ਸਤਿ ਸ਼੍ਰੀ ਅਕਾਲ ਬਾਕੀ ਸਾਹਿਬ ਜੀ ਮੈਂ ਸੋਨੀਆ ਜੀ ਨੂੰ ਪੁੱਛਣਾ ਚਾਹੁੰਦਾ ਜਿੱਦਾਂ ਇਹ ਕਹਿ ਰਹੇ ਕਿ ਇਹ 2 ਸਾਲ ਪਹਿਲੇ ਇੱਥੇ ਰਹਿ ਚੁੱਕੇ ਆ ਇਹਨਾਂ ਨੂੰ ਮੋਨੂ ਭਾਈ ਨੇ ਧਮਕੀ ਦਿੱਤੀ ਤੇ ਇਹ ਤਾਂ ਕਹਿ ਰਹੀ ਮੈਨੂੰ ਕੋਈ ਪਤਾ ਹੀ ਨਹੀਂ ਆ ਇਹ ਕਿੱਦਾਂ ਦੇ ਪੈਸਿਆਂ ਪਿੱਛੇ ਕੀ ਡਟੀ ਗਈ ਮੈਂ ਖੇਡਾਂ ਦੋਵੇਂ ਭਰਾਵਾਂ ਦੇ ਵਿੱਚ ਇਹਨਾਂ ਨੂੰ ਪੈਸੇ ਦਾ ਝਾਂਸ ਪੈ ਗਿਆ ਇਹਨਾਂ ਨੂੰ ਹੋਰ ਕੁਛ ਨਹੀਂ ਹੈਗਾ ਇਹ ਜਿਹਨਾਂ ਨੂੰ ਪੈਸੇ ਦਾ ਝਾਂਸ ਪੈ ਜਾਂਦਾ ਨਾ ਉਹ ਇਹੀ ਕੰਮ ਕਰਦੇ ਆ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨੀ ਮੇਰਾ ਵੀ ਆਪੇ ਤੇ ਇੱਕ ਇੰਸੀਡੈਂਟ ਹੋਇਆ ਪਿਆ ਮੈਂ ਤਾਂ ਤੁਹਾਨੂੰ ਕਾਲ ਕੀਤੀ ਅੱਜ ਨਹੀਂ ਤੁਹਾਡੇ ਕੰਨ ਪਾਵੇ ਕਿ ਕਿਹੜਾ ਕਸੂਰ ਹੈ ਸੋਨੀਆ ਜੀ ਦਾ ਕਸੂਰ ਹੈ ਜੀ ਬਹੁਤ ਤੇਜ਼ ਲੱਗ ਰਹੇ ਆ ਇੰਨੀ ਚਲਾਕੀਆਂ ਕਰ ਰਿਹਾ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਏਦਾਂ ਸਾਫ਼ ਹੀ ਪਤਾ ਲੱਗਦਾ ਕਿ ਇਹਨਾਂ ਦਾ ਕਸੂਰ ਮਤਲਬ ਮੋਨੂ ਦਾ ਕਸੂਰ ਹੈ ਨਹੀਂ ਨਹੀਂ ਸੋਨੀਆ ਜੀ ਦਾ ਕਸੂਰ ਸੋਨੀਆ ਜੀ ਦਾ ਕਸੂਰ ਹੈ ਓਕੇ ਸੋਨੀਆ ਜੀ ਸੁਣ ਲਾ ਬੋਲ ਰਹੇ ਆ ਲੋਕ ਤੁਹਾਨੂੰ ਕਿਸ ਰਹੇ ਹੋ ਹਰ ਗੱਲ ਸਿਰ ਸਭ ਸੋਨੀਆ ਲਾਈਨ ਤੇ ਦਿਓ ਪਲੀਜ਼ ਸੋਨੀਆ ਜੀ ਤੁਸੀਂ ਪਲ ਪਲ ਤੇ ਝੂਠ ਬੋਲ ਰਹੇ ਹੋ ਲੋਕ ਕਹਿ ਰਹੇ ਨੇ ਝੂਠ ਤੁਸੀਂ ਬੋਲਦੇ ਪਏ ਹੋ ਹਾਂ ਤੈਨੂੰ ਪੈਸਿਆਂ ਦਾ ਚਸ ਪੈ ਗਿਆ
ਕੀ ਪੈਸੇ ਮੈਨੂੰ ਦਿੱਤੇ ਇਹਨਾਂ ਨੇ ਮੈਨੂੰ ਸੂਪ ਦੇਣ ਕੀ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਸਾਰੀ ਗੱਲਾਂ ਦਾ ਪਤਾ ਲੱਗਦਾ ਮੈਂ ਇਹਨਾਂ ਦਾ ਕੋਲੋਂ ਲਿੱਤਾ ਹੋਵੇ ਮੈਨੂੰ ਕਹਿਣ ਕਿ ਹਾਂ ਵੀ ਤੂੰ ਇਹਨਾਂ ਕੋਲੋਂ ਪੈਸੇ ਖਾਦੇ ਹੈਗੇ ਆ ਇਹਨਾਂ ਨੂੰ ਦੱਸੋ ਕੀ ਪ੍ਰੂਫ ਹੈਗਾ ਇਹਨਾਂ ਦੇ ਕੋਲ ਕਿ ਮੈਂ ਇਹਨਾਂ ਕੋਲੋਂ ਪੈਸੇ ਲਿੱਤੇ ਹੈਗੇ ਆ ਪਤਾ ਨਾ ਹੋਏ ਸਗੋਂ ਮੇਰੇ ਕੋਲ ਪ੍ਰੂਫ ਹੈਗੇ ਆ ਮੈਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਆ ਠੀਕ ਹੈ ਨਾ ਇਹਨਾਂ ਨੇ ਦੋ ਮੁੰਡੇ ਮੈਨੂੰ ਕਹਿ ਕਹਾ ਕੇ ਦੋ ਮੁੰਡੇ ਇਹਨਾਂ ਨੇ ਮੈਨੂੰ ਬੁਲਵਾਏ ਆ ਕਿ ਤੂੰ ਪੈਸੇ ਦੇ ਦੇ ਠੀਕ ਹੈ ਅਸੀਂ ਤੈਨੂੰ ਪੈਸੇ ਕੰਮ ਕਰਕੇ ਦੇ ਦਾਂਗੇ ਠੀਕ ਹੈ ਉਹ ਮੁੰਡੇ ਏਅਰਪੋਰਟ ਤੋਂ ਇਹਨਾਂ ਨੇ ਪਤਾ ਨਹੀਂ ਕਿੱਥੇ ਗੈਸ ਕਰ ਦਿੱਤਾ ਉਹ ਮੇਰੇ ਪੈਸੇ ਹਾਲੇ ਤੱਕ ਉੱਥੇ ਖੜੇ ਪਏ ਆ ਸੋਨੂ ਦੇ ਨਾਲ ਇਹਨੇ ਕਿਹਾ ਸੋਨੂ ਦੇ ਨਾਲ ਫੋਨ ਦਾ 5 ਲੱਖ ਇਹਨੇ ਮੰਗਿਆ ਸੀ ਕਿ ਹੁਣ 5 ਤੋਂ ਵਾਪਸ ਢਾਈ ਤੇ अकबीर कॉल दो प्लीज अक नंबर फोर कॉल लाइन से हो गुड मॉर्निंग वासी अंकल जी वासी अंकल एक कुड़ी गलत है जी देखो पहले ही गलत काम कर दी रही है आपा इनू सपोर्ट नहीं करनी इनफॉर्म पुलिस इमीडिएटली वासी साहब सर हां जी दसो मेनू किथे गलत की किथे देखिया मेनू गलत सर दसो जरा की सबूत तक का गलत काम कर दी थी मेनू दसो भाई आज तो फिर यकीन नहीं होगा यो धोखा धड़ी वाली वीडियो देख मुंडे दी सही गल सारे मुंडे दी साइड ले रहे हैगे पर मुंडा गलत हैगा या ठीक है ना सब कुछ दिसदा पिया साफ साफ दिसदा पिया सारेयां नू लेकिन ठीक है लेकिन फिर भी मुंडे दी साइड ले रहे हैगे मुंडे नू कुछ ए पुछिया सारे कितना गलत हो सकदे सारे लोक में गलत हो सकदे तो बुलाया हैगा या सारे के गलत हो सकदे अगली कॉल प्लीज हमेशा हमेशा इस गल नू लेके ही नजायज फायदे चक्के जांदे हमेशा मुंडा गलत नहीं हुंदा अगर नंबर थ्री कॉलर लाइन चाहिए गलत है ही नहीं मुंडा का गलत है ही नहीं अगर ठीक है पांच के दे आज मिन्नो बुला रहे कल किसे और को बुला पता है कितनी कुड़ियों ने बुलाया अगर हम पर सोनिया स्टॉप नहीं पता कितनी कुड़ियों ने बुलाया सोनिया कितनी कुड़ियों ने बुलाया सोनिया होल्ड रहे मरे या इनको सर जी एक बारी होगा होल्ड रहे मरे या ओके होल्ड तो रही नहीं की गल आई है चक्कर इतों होल्ड नहीं रही इन्हें होल्ड ना रहने रहने च काम होर बहुत खिंचे जी ओदा करके यह गलत वा जी थापी मार के हां मुंडा सही है यार पर गल बात तुसी जेड़ी गल गलत कर रहे मुंडे दा हां गल पहला पैसे दे रहे हां गलत दसो मैं की कीता है गलत है ये कीता कि मैं मुंडे दे मगर लग के मैं इंग्लिश क्या रही है उन्हें मैंने विश्वास दिलाया कि हां भी चल तू कोई गल नहीं तू आ जा मैं तेरे नाल खड़ा हां दीन तन तन मैं के मैं भरा नहीं मोरे करन दे है कि हां मेरे काम दीन तन मुझे मार गया साडे लोकां दे इना जे है नहीं हुण ओ गल आ रही है थैंक यू सो मच कॉल अगली कॉल प्लीज सत श्री अकाल जी पहली गल तो सत्या वीर जी जी कुड़ी है वीर जी बिलकुल गलत है मैनिपुलेट कर रही है तेन कह भी जे तेन इनी ज्यादा शर्म है तू ए काम क्यों कर दी तू कहनी मैं 2 साल दी उत्थे आई है तेन डर कहदा जे तू गलत नहीं ते पुलिस क्यों नहीं बुलाई तू सारा कुछ पता तेन पैसे कमाउंदी है बीजी बदनाम करदी है पता नहीं मिनट मेरी गल सुनो ठीक है ना पहला मैं दोस्त गल नहीं सुन रहे हैं तो गल ठीक है एक मिनट मैडम मेरी गल सुनो ठीक है मैं 2.5 साल इतने काम करके गई हूँ ठीक है मैनू इन्होंने चीजा का नहीं पता क्योंकि मैं अपने काम का मतलब रखती थी ठीक है
ਮੈਨੂੰ ਇੰਡੀਆ ਪ੍ਰੋਬਲਮ ਪੈ ਗਈ ਮੈਂ ਆਪਣਾ ਪਰਮਿਟ ਕੈਂਸਲ ਕਰਾ ਕੇ ਗਈ ਹੈਗੀ ਆ ਪਰਮਿਟ ਮੇਰਾ ਫਿੰਗਰ ਸੀਗਾ ਜਿਸ ਦਿਨ ਮੈਂ ਉਸ ਦਿਨ ਆਪਣਾ ਫਿੰਗਰ ਕੈਂਸਲ ਕਰਾ ਕੇ ਇੰਡੀਆ ਕੋਈ ਫਿੰਗਰ ਨਹੀਂ ਹੋਇਆ ਸ਼ੋਅ ਕੀਤਾ ਉਹਦੇ ਭਾਵੇਂ 50 ਬਣਵਾ ਲਓ ਇੱਥੋਂ ਤੇਰੇ ਫਿੰਗਰ ਨੀ ਕੈਂਸਲ ਹੋਈ ਸੀ ਤੋ ਇਲੀਗਲ ਤਰੀਕੇ ਨਾਲ ਪਹਿਲੇ ਵੀ ਆਈ ਸੀ ਫਿਰ ਤੂੰ ਡਿਪੋਰਟ ਹੋ ਕੇ ਇੱਥੋਂ ਗਈ ਹੈ ਫਿਰ ਹੁਣ ਇਸ ਵਾਰ ਤੋਂ ਡਿਪੋਰਟ ਹੋ ਕੇ ਨਹੀਂ ਗਈ ਹੈ ਮੈਂ ਖੁਦ ਮੈਂ ਬੋਸ ਦਾ ਨੰਬਰ ਖੁਦ ਮੈਂ ਦੇ ਦੂੰਗੀ ਠੀਕ ਹੈ ਨਾ ਬੋਸ ਨਾਲ ਗੱਲ ਕਰ ਸਕਦੇ ਮੇਰੇ ਕੋਲ ਬੋਸ ਦਾ ਨੰਬਰ ਹੈਗਾ ਬੋਸ ਖੁਦ ਮੇਰੇ ਨਾਲ ਗਿਆ ਸੀ ਕੈਂਸਲ ਕਰਾਉਣ ਵਾਸਤੇ ਠੀਕ ਹੈ ਜਿਹੜਾ ਬੋਸ ਨੂੰ ਕਹਿਣੀ ਹੈ ਉਹ ਜਾਣਦਾ ਨਹੀਂ ਮੈਨੂੰ ਮੇਰੇ ਨਾਲ ਆਪ ਗੱਲ ਕਰੇ ਨਹੀਂ ਤੁਸੀਂ ਆਪ ਮੈਨੂੰ ਸੋਨੇ ਕਿਹਾ ਕਿ ਮੇਰੇ ਤੋਂ ਰਿਪੋਰਟ ਸ਼ੋ ਹੋਣਾ ਨੰਬਰ ਸੈਂਡ ਕਰ ਦਾਂਗੀ ਸੋਨੀਆ ਨੰਬਰ ਸਰ ਮੈਂ ਫਾਈਨ ਭਰ ਕੇ ਸਰ ਮੈਂ ਫਾਈਨ ਭਰ ਕੇ ਇਹ ਗਲਤ ਗੱਲ ਪਲੀਜ਼ ਸੈਂਡ ਦਿਸ ਲੇਡੀ ਭਰ ਕੇ 500 ਰੁਪਿਆ ਮੈਂ ਭਰ ਕੇ ਮਿਸਲ ਗੱਲ ਕਰੋ ਕਿ ਆਪ ਕਹਿ ਰਹੀ ਆ ਕਿ ਮੈਨੂੰ ਰਿਪੋਰਟ ਸ਼ੋ ਆਰਡਰ ਲੱਗੇ ਸੀ ਜਿਸ ਕਰਕੇ ਮੈਂ ਕਿਹਾ ਕਿ ਉਹ ਕਹਿੰਦਾ ਸੀ ਮੇਰੇ ਭਰਾ ਕਿ ਮੈਂ ਰਿਪੋਰਟ ਸ਼ੋ ਆਰਡਰ ਲੱਗੇ ਰਿਲੀਜ਼ ਕਰੂੰ ਗੱਲ ਕਰੋ ਆਈ ਐਮ ਨਾਟ ਫੀਲਿੰਗ ਗੁੱਡ ਮੇਰੀ ਗੱਲ ਸੁਣੋ ਸਰ ਮੈਥੋਂ ਨਹੀਂ ਹੈਂਡਲ ਹੋ ਸਕਦੀ ਜਿੰਨਾ ਬੋਲਦੀ ਹੈ ਦੋ ਭਰਾ ਹੰਭਾਤੇ ਨੇ ਸੋ ਬਾਕੀ ਬੈਠੇ ਮਲੇਸ਼ੀਆ ਚੋਂ ਤੁਸੀਂ ਬੀਬਾ ਤੁਸੀਂ ਨਾ ਕਰੋ ਇਹੋ ਜਿਹੇ ਰੌਲੇ ਰੱਪਿਆਂ ਤੋਂ ਲੈਣਾ ਕੀ ਹੈ ਤੁਸੀਂ ਤੁਹਾਡੇ ਤੇ ਇੱਕ ਦੂਜੇ ਬੰਗਾਲੀ ਭਾਸ਼ਾ ਬੋਲਦੇ ਬੰਗਾਲੀ ਨਹੀਂ ਸ਼ਾਇਦ ਬੋਲਦੇ ਕਿਸੇ ਹੋਰ ਸਟੇਟ ਦੇ ਵਿੱਚੋਂ ਉਹ ਵੀ ਕਹਿੰਦੇ ਸਾਨੂੰ ਸੋਨੀਆ ਜੀ ਨੇ ਹਮਕੋ ਫਸਾ ਡਾਲਾ ਉਨਕੋ ਵੀ ਆਪ ਨੇ ਫਸਾ ਡਾਲਾ ਜੀ ਜੀ ਆਪਕਾ ਨਾਮ ਕਾਹਤੋਂ ਲੈ ਰਹੇ ਹੈ ਜੀ ਵੋ ਆਪਕਾ ਨਾਮ ਲੈ ਰਹੇ ਹੈ ਕਾਹਤੋਂ ਲੈ ਰਹੇ ਹੈ ਜੀ ਮੈਂ ਸੁਣਾਵਾਂ ਆਪਕੋ ਸੁਣਿਆ ਜੀ ਜੇ ਆਪਕੇ ਆਪਕੇ ਜੈਸੀ ਔਰਤਾਂ ਜੇ ਬੋਲ ਰਹੀ ਸੁਣਿਆ ਜੀ ਸੁਣੋ ਸੁਣਿਆ ਜੀ ਸੁਣੋ ਸੁਣਿਆ ਚੁੱਪ ਕਰ ਜਾ ਸੁਣਿਆ ਸੁਣੋ ਮੇਰੀ ਵੀ ਸੁਣ ਲਓ ਨਾ ਇੱਕ ਮਿੰਟ ਮੇਰੀ ਵੀ ਸੁਣ ਲਓ ਸੁਣਿਆ ਜੀ मलेशिया में गए हैं फंसे हुए एक महीने से ऊपर हो गया है टिकट के लिए कोई बोल रहा है तो सब पैसा मांग रहे हैं प्लीज सर किसी तरह से हेल्प करिए मेरे को हम लोगों से 2 लाख रुपए ले चुकी है सर और जो लड़की भेजने वाली है सोनिया उसका फोटो हम आपको दिखा रहे हैं यही है वो लड़की सोनिया जिसका नाम है यही है वो बहुत चीटिंग की है हम लोगों के साथ हम लोगों की हेल्प कर पैसे दे दो वापस वो मेरे को पैसे देने के सब लिए दिखा दो टेलीविजन पर इसकी फोटो कर सकते हो मैं कुछ पैसे नहीं दूंगा मैं इसलिए बोलता हूँ आप मेरा हेल्प फेसबुक पे मेरी फोटो चुकी है सोनिया का फोटो है जी इसने मेरे को एजेंट है यही एजेंट है मेरे को मलेशिया ले गया इसने काम पे लगवाया मेरे से 2 लाख रुपए लिया इसने पैसे बहुत मेरे साथ गलत किया है आपसे रिक्वेस्ट है कि आप मेरे साथ हेल्प करो जी ਹੁਣ ਸੁਣੀ ਹੁਣ ਤੁਸੀਂ ਬੋਲੋ ਹਾਂਜੀ ਸਰ ਮੈਂ ਤੁਹਾਨੂੰ ਭੇਜਦੀ ਹਾਂ ਇਸ ਜਨਾਨੀ ਦੀ ਰਿਕਾਰਡਿੰਗ ਜਿਹੜੀ ਜਨਾਨੀ ਕਹਿ ਰਹੀ ਨਾ 2 ਲੱਖ ਰੁਪਇਆ ਲਿਆ ਆ ਸਰ ਮੈਂ ਉਸ ਜਨਾਨੀ ਦੀ ਵੀਡੀਓ ਭੇਜਦੀ ਹਾਂ ਤੁਸੀਂ ਮੇਰੀ ਵੀਡੀਓ ਵੀ ਚਲਾਓ ਨਹੀਂ ਇਹ ਜਿਹੜੀ ਇਹ ਵੀਡੀਓ ਆ ਉਹਨੇ ਬਣਾਈ ਹੋਈ ਸਰ ਕਲੇਮ ਕਰ ਰਹੀ ਹੈ ਕੀ ਹੋਈ ਆ ਸਰ ਮੇਰ ਇੱਕ ਮਿੰਟ ਸਰ ਮੇਰੀ ਫੇਸਬੁੱਕ ਤੋਂ ਨਾ ਫੋਟੋ ਚੱਕੀ ਆ ਠੀਕ ਆ ਅੱਜ ਦੇ ਪੈਸੇ ਵਾਲੀ ਫੋਟੋ ਜਿਹੜੀ ਹੈ ਫੇਸਬੁੱਕ ਤੇ ਚੱਕੀ ਆ ਇਹ 2 ਸਾਲ ਪਹਿਲਾਂ ਬਹੁਤ ਚਾਰ ਹੋਰ ਸਸਾ ਕਹਿੰ ਜੀ ਹੋਲਡ ਆਰ ਪਲੀਜ਼ ਅਗਰ ਆਪ ਕੋ ਵਕਤ ਹੀ ਲੱਗਾ ਚਾਹੀਦਾ ਤੇ ਵਕਤ ਚਾਹੀਦਾ ਤੇ 40000 ਹੋਰ ਪਾ ਫੇਰ ਅਸੀਂ ਟਿਕਟ ਕਰਾਵਾਂਗੇ ਉਹਦੀ ਅੱਛਾ ਸਰ ਤੁਸੀਂ ਇਹ ਜਾਓ ਜਿਹੜਾ ਕੁਝ ਕਰਨਾ ਕਰ ਲਓ ਮੋਨੂ ਜੀ ਸਾਡੇ ਪਾਸੇ ਕਾਲਰ ਨੇ ਹੋਲਡ ਕੀਜੀਏ ਪਲੀਜ਼ ਕਾਲਰ ਨੰਬਰ 4 ਕਾਲਰ ਗੋ ਅਹੈਡ ਮਾਸੀ ਸਾਹਿਬ ਜੀ ਮੈਂ ਤਾਂ ਹਾਂ ਜੀ ਆਪਣਾ ਸੋਨੂ ਸਾਹਿਬ ਮੋਨੂ ਸਾਹਿਬ ਦੇ ਭਰਾ ਨੂੰ ਸੋਨੂ ਜੀ ਨੂੰ ਕਹਿਣਾ ਚਾਹੁੰਦਾ ਵੀ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲੇ ਉਹ ਕੋਈ ਚੱਕਰ ਨਹੀਂ ਹੁੰਦਾ ਜੇ ਬੁੱਲੇ ਲੁੱਟੇ ਆ ਤਾਂ ਇੰਨਾ ਖਰਜਾਨਾ ਭਰਨਾ ਹੀ ਪੈਂਦਾ ਹੁੰਦਾ ਡਿਪਰੈਸ਼ਨ ਨਾ ਰੱਖੇ ਕੋਈ ਚੱਕਰ ਨਹੀਂ ਨੱਚੇ ਖੇਡੇ ਹੱਸੇ ਕੋਈ ਚੱਕਰ ਨਹੀਂ ਤੁਹਾਡੇ ਮੁਤਾਬਕ ਸੋਨੀਆ ਗਲਤ ਹੈ ਜਾਂ ਫਿਰ ਮੋਨੂ ਤੇ ਸੋਨੂ ਗਲਤ ਹੈ ਇਹ ਅੱਜ ਸਟੋਰੀ ਹੈ ਪਰ ਸਾਡੇ ਪਾਸ ਪੁਖਤਾ ਪ੍ਰੂਫ ਹੈ ਕਿ ਸੋਨੀਆ ਇੱਕ ਪਾਸੇ ਤੂੰ ਕਲੇਮ ਕਰ ਰਹੀ ਹੈ ਕਿ ਮੈਨੂੰ ਡਿਪੋਰਟ ਨਹੀਂ ਕੀਤਾ ਔਰ ਦੂਜੇ ਪਾਸੇ ਤੂੰ ਕਹਿੰਦੇ ਕਿ ਮੈਨੂੰ ਡਿਪੋਰਟੇਸ਼ਨ ਲੱਗ ਗਈ ਸੀ ਤਾਂ ਮੈਂ ਆ ਨਹੀਂ ਸਕਦੀ ਸੀ ਇਹਦੇ ਭਰਾ ਨੇ ਕਿਹਾ ਸੀ ਤੂੰ ਆ ਜਾ ਮੈਂ ਤੇ ਡਿਪੋਰਟੇਸ਼ਨ ਆਰਡਰ ਜਿਹੜੇ ਆ ਕਲੀਅਰ ਕਰਾ ਦੂੰਗਾ ਤੇ ਤੂੰ ਨਾਲੇ ਕਹਿੰਦੀ ਕਿ ਮੈਂ ਆਪ ਛੱਡ ਕੇ ਗਈ ਆ ਤੇ ਤੇਰਾ ਚਿੱਠਾ ਜਿਹੜਾ ਚਿੱਟਾ ਝੂਠ ਹੈ ਔਰ ਤੂੰ ਇੰਨਾ ਝੂਠ ਬੋਲ ਰਹੀ ਆ ਸੋਨੀਆ ਇੰਨਾ ਝੂਠੀ ਹੈ ਤੂੰ ਮੈਨੂੰ ਪ੍ਰੋਬਲਮ ਪਈ ਸੀ ਮੈਂ ਆਪਣੇ ਡਿਪੋਰਟ ਕੈਂਸਲ ਕਰਾ ਕੇ ਗਈ ਆ ਸਰ ਮੈਂ ਫਾਈਨ ਭਰ ਕੇ ਗਈ ਆ ਇੱਥੇ ਤੂੰ ਕਿਉਂ ਕਿਵੇਂ ਕਹਿ ਸਕਦੀ ਹੈ ਨਾਲ ਸੇਮ ਟਾਈਮ ਤੇ ਤੂੰ ਕਲੇਮ ਕਰ ਰਹੀ ਹੈ ਕਿ ਮੋਨੂ ਨੇ ਮੈਨੂੰ ਕਿਹਾ ਸੀਗਾ ਮੋਨੂ ਦੇ ਭਰਾ ਨੇ ਸੋਨੂ ਨੂੰ ਬੁਲਾਇਆ ਸੋਨੂ ਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਜਾ ਤੇ ਮੈਂ ਤੇਰੀ ਡਿਪੋਰਟੇਸ਼ਨ ਜਿਹੜੀ ਆ ਉਹ ਕਲੀਅਰ ਕਰਾ ਦੂੰਗਾ ਤੇ ਜਿਸ ਕਰ ਥਾਈਲੈਂਡ ਤੋਂ ਦੀ ਐਂਟਰ ਹੋਈ ਆ ਤੂੰ ਝੂਠ ਬੋਲ ਰਹੀ ਆ ਹਾਂਜੀ ਸਰ ਨਹੀਂ ਇਹ ਭਰਾ ਨੇ ਖੁਦ ਮੈਨੂੰ ਕਿਹਾ ਮੈਂ ਰਿਕਾਰਡਿੰਗ ਸੈਂਡ ਕਰ ਦਿੰਦੀ ਹਾਂ ਸਰ ਮੈਂ ਰਿਕਾਰਡਿੰਗ ਉਹਦੀ ਸੈਂਡ ਕਰ ਇਹ ਵੀ ਲਾਈਵ ਚਲਾਉ ਨਾ ਸਰ ਸ਼ੇਅਰ ਲਿਸਨ ਟੂ ਮੀ ਮੇਰੀ ਤਾਂ ਸਰ ਸ਼ਾਬਾਸ਼
नेक्स्ट कॉल प्लीज। तुसी मेरी तो सुनदे नहीं पे हैगे ना, उना दी वीडियो चलाई जा रहे, मेरे भी प्रूफ तुसी। कैन यू होल्ड ऑन, यू गोइंग टू रेस्ट एनी टाइम, आई एम टेलिंग यू, वी गोइंग टू इन्फॉर्म लोकल पुलिस कि तुसी झूठ बोल रहे हो। एनीवे ओके, नेक्स्ट नंबर 4 लाइन प्लीज। मलेशिया ਵਿੱਚ ਵੀ ਰਿਪੋਰਟ ਹੋ ਚੁੱਕੀ ਹੈ, ਹੁਣ ਇਹ ਆਪਦੀ ਜਾਨ ਬਚਾਉਂਦੀ ਹੈ ਕਿ ਮੈਂ ਕਿਸੇ ਹਿਸਾਬ ਨਾਲ ਨਿਕਲਾਂ। ओके नंबर 4 कॉलर ਤੁਸੀਂ ਲਾਈਨ ਤੇ ਹੋ। ਹਾਂਜੀ ਬਸ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਸ ਜੀ, ਚੁੱਪ ਕਦੇ ਨਹੀਂ ਕਰਦੀ ਜੀ, ਬੋਲੀ ਜਾਂਦੀ ਆ ਬੋਲੀ ਜਾਂਦੀ ਆ ਬੋਲੀ ਜਾਂਦੀ ਆ, ਨਾ ਇਹਦੀ ਗੱਲ ਕੋਈ ਸਮਝ ਆਉਂਦੀ ਨਾ ਮੁੰਡੇ ਦੀ ਕੋਈ ਗੱਲ ਸਮਝ ਆਉਂਦੀ। ਬਸ ਜੀ ਸਾਹਿਬ, ਇਹ ਇੱਕ ਨੰਬਰ ਦੀ ਝੂਠੀ ਆ, ਜਿਵੇਂ ਇਹ ਪੈਸਿਆਂ ਨੂੰ ਥੁੱਕ ਲਾ ਲਾ ਗਿਣੀ ਜਾਂਦੀ ਆ, ਇੱਦਾਂ ਇਹਨੇ ਬਾਕੀ ਸਾਰਿਆਂ ਨੂੰ ਥੁੱਕ ਲਾਇਆ ਵਾ ਇਹਨੂੰ। ਬਸ ਜੀ ਇਹਨੂੰ ਚੁੱਪ ਕਰਾਓ, ਜਸਟ ਗੁੱਡ ਵਨ, ਇਹ ਐਕਸ਼ਨ ਲਿੱਤਾ ਜਾਵੇ ਜੀ। ਆਮ ਪੰਜਾਬੀ ਦੀ ਕਹਾਵਤ ਹੈ ਕਹਿਣਾ ਕਿ जो तुसी शब्द बोले ने मेरे लिए बड़े मुश्किल कहने हैं, पर एक ट्रू है कि सोनिया जी झूठी है, बिल्कुल बहुत ज्यादा झूठी है। सर मैं तो ठीक है, मतलब ऐसी झूठा करार नहीं देंगे। 2022 साल की 2022 दे विच झूठ बोले रज के, तो यह सोनिया ने बोले साडे शो च बहुत ज्यादा झूठी है जी। इहनू बस जी कहो, इहनू इहनू लानता पाण लोकी कॉल करके ते कहण चल झूठी। हाँ सुन ले सुनिए जी, झूठ झूठ है। हाँ जी सर, कोई गल नहीं सर, रब हैगा कोई नहीं, इदा दे बहुत कहन दे कोई गल नहीं, पर मेनू पता है ना मेरे तो प्रूफ सारे हैगे आ। ओके नेक्स्ट कॉल प्लीज। कोई गल नहीं सर, मेरे तो प्रूफ सारे हैगे आ। एक और गल, तुसी सवाल पूछो, मैं पूछ नहीं सकदा, इने बोलने हटना नहींगा। इने ये गल पूछो, जेडी इने वीडियो वायरल कीती है, जेडी YouTube पर एके पत्रकार है इंडिया दे विच, ओनू पैसे दे के इने वायरल करवाई, फिर ओदे ते भी असी इंडिया दे विच मानहानी दा केस ठोक रख्या, ओ भी हुण पेश नहीं हो रही। ओ इत्थे तो कम पहुंचा तुहाडा। मैं नंबर दे दिंनी है गी, तुसी गल कर लो ओदे नाल। तू नंबर ना दे सोनिया, तू है गलत, मन जा। बासी साहब ने तेरे गोडी हाथ लग, तेरे गोडे टका देने ने, मन जा। सर एक मिनट सर, मैं किथे गलत है गी, मैनू ए भी दसो ना, मैं किथे गलत है गी। सारे किथों नहीं गलत, तू ए दस यार। सर मेरी गल सुनो, ठीक है, इंडिया रही। हाँ जी, ये सोनिया नु कहो यो गरीब निके निके उन्होंने बच्चे आ 2 लाख रुपया उन्होंने का दवा हो तो ठगनी तो जी। हाँ जी मैडम, मैडम मैं उन्हें तो कोई लाख रुपया नहीं लिया है। क्यों नहीं लिया गया, सिर्फ मैडम उन्ने ही पैसा उन्होंने दिता है, ठीक है, मेरे को जनानी की रिकॉर्डिंग भी पई है, ठीक है, मैं झूठ बस दी गरीबा नु नी बख्शिया, भुर भुर बच्चे कुलिया च बैठे आ, शर्म नहीं आंदी। मोनू जी तुहाडे मुताबिक इह एंटर सचमुच ही डायरेक्ट मलेशिया नहीं हुई, किसी रास्ते या थाईलैंड एंटर हुई है? फिर दूसरा रस्ता करा लिया, इधरों भी थाईलैंड बॉर्डर वाल भी आई है। मेरी सिर्फ ओनू मंग हैगी कि ओने मेरे नाल 5 महीने रिलेशन जो बना के रखा, ठीक है, मैं मेनू बुलाया साफ दिता जाए, मैं काम करना चाहनी है इतने, वो भी मैं तेनू पा दिना, ठीक है, मैं काम करना चाहनी है, मैं साफ दिता जाए, मैं तेरा परमिट दिता जाए, वो फिर क्यों बोल रही है? नंबर 2 कॉलर
ਪਹਿਲੀ ਗੱਲ ਤਾਂ ਸਰ ਕੁੜੀ ਨੂੰ ਕਰਾਓ ਚੁੱਪ, ਅੱਧਾ ਘੰਟਾ ਹੋ ਗਿਆ ਤੇ ਇਹ ਬੋਲੀ ਜਾਂਦੀ ਆ, ਜੇ ਸੱਚੀ ਹੁੰਦੀ ਨਾ ਤਾਂ ਇੱਕ ਸ਼ਬਦ ਨੀ ਬੋਲ ਹੋਣਾ ਹੈਗਾ। ਤੇ ਦੂਜੀ ਗੱਲ ਸਰ ਜੀ, ਗੱਲ ਇਹਨੂੰ ਇਹ ਆ, ਇਹ ਮਲੇਸ਼ੀਆ ਗਈ ਸਰ, ਇਹ ਨਿਆਣੀ ਥੋੜੀ ਨਾ ਸੀਗੀ, ਇਹਨੇ ਰਿਲੇਸ਼ਨ ਆਪਣੀ ਮਰਜ਼ੀ ਨਾਲ ਹੀ ਬਣਾਏ ਉਹਦੇ ਨਾਲ। ਇੱਕ ਤਾਂ ਵਿਚਾਰੇ ਮੁੰਡੇ ਨੇ ਇਹਨੂੰ ਸੱਦਿਆ, ਦੂਜੇ ਤੇ ਉਹਨੂੰ ਇਹਨੂੰ ਆਪ ਹੀ ਬੋਲਣ ਦੀ ਆ। ਸਰ ਜੀ ਇਹ ਕੁੜੀ ਬਿਲਕੁਲ ਇੱਕ ਨੰਬਰ ਦੀ ਝੂਠੀ ਆ, ਇਹਨੂੰ ਜਿੱਦਾਂ ਮਰਜ਼ੀ ਸਰ ਜੀ ਇਹਨੂੰ ਕਹਿ ਦੋ ਇੱਕ ਵਾਰੀ ਕਿ ਸੱਚ ਬੋਲ ਪਾ, ਤੂੰ ਬੋਲ ਪਾ। ਭੈਣੇ ਇੱਦਾਂ ਨੀ ਕਰੀਦਾ ਹੁੰਦਾ, ਕਿਸੇ ਨੇ ਕਿਸੇ ਨੇ ਸੱਦਿਆ ਹੁੰਦਾ ਤੇ ਇੱਜ਼ਤ ਕਰੀਦੀ ਹੁੰਦੀ ਆ। ਆਪਣੀ ਟਿਕਟੋਕ ਪ੍ਰਾਈਵੇਟ ਕੀਤੀ ਹੈ, ਕਹਿੰਦੀ ਮੈਂ ਲੋਕਲ ਉੱਤੇ ਰਹਿ ਰਹੀ ਹਾਂ, ਨੱਚ ਨੱਚ ਕੇ ਇੱਥੇ ਵੀਡੀਓ ਪਾਉਂਦੀ ਆ ਟਿਕਟੋਕ ਤੇ, ਸਾਰਾ ਕੁਛ ਆ ਚੰਗੀ ਤਰ੍ਹਾਂ। ਆਪਣੇ ਮੋਨੂ ਜੀ ਲਾਈਨ ਨੂੰ ਹੋਲਡ ਰੱਖੋ, ਸੁਣ ਜੀ ਅਸੀਂ ਇੱਕ ਮਰਸ਼ ਲੈਣਾ ਚਾਹਾਂਗੇ। ਮੇਰਾ ਸਵਾਲ ਤੁਹਾਨੂੰ ਇਹ ਹੋਵੇਗਾ ਕਿ ਤੁਸੀਂ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਤੁਹਾਨੂੰ ਪਤਾ ਕਿੱਥੇ ਰਹਿੰਦੀ ਹੈ ਤੇ ਤੁਸੀਂ, ਤੁਹਾਡੇ ਤੇ ਐਲੀਗੇਸ਼ਨ ਆ ਰਹੀ, ਤੁਸੀਂ ਕੰਪਲੇਂਟ ਇਹਦੀ ਕਿਉਂ ਨੀ ਕੀਤੀ ਪੁਲਿਸ ਦੇ ਕੋਲ, ਤੁਹਾਡੇ ਤੇ ਇਹ ਫਾਲਸ ਐਲੀਗੇਸ਼ਨ ਆ ਰਹੀ ਆ, ਇਹ ਸਵਾਲ ਤੁਹਾਨੂੰ ਹੋਵੇਗਾ। ਪਰ ਲਾਈਨ ਨੂੰ ਹੋਲਡ ਰੱਖੋ, ਜਿਸ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਸਾਰਾ ਕਸੂਰ ਸੋਨੀਆ ਦਾ ਆ, ਸੋਨੀਆ ਨੇ ਲੋਕਾਂ ਨੂੰ ਖੂਬ ਲੁੱਟਿਆ ਹੈ ਅਤੇ ਲੋਕਾਂ ਨੂੰ ਕੁੱਟਿਆ ਆ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਪੁੱਟਿਆ ਹੈ। ਪਰ ਦੂਜੇ ਪਾਸੇ ਸੋਨੀਆ ਕਹਿੰਦੀ ਆ ਕਿ ਮੈਂ ਕੋਈ ਵੀ ਗਲਤੀ ਨਹੀਂ ਕੀਤੀ, ਜੇ ਗਲਤੀ ਨਹੀਂ ਕੀਤੀ ਤਾਂ ਫਿਰ ਇਹ ਸਭ ਕੁਛ ਲੋਕਾਂ ਦੀਆਂ ਵੀਡੀਓ ਕਿੱਥੋਂ ਆਈਆਂ ਨੇ? ਲੋਕ ਸੋਨੀਆ ਨੂੰ ਦੇਖਿਆ ਜਾਵੇ ਕਿ ਵੀਡੀਓ ਰਾਹੀਂ ਮੈਸੇਜ ਦੇ ਰਹੇ ਨੇ ਕਿ ਸਾਡੇ ਪੈਸੇ ਵਾਪਸ ਕਰ ਅਤੇ ਲੋਕ ਰੋ ਰਹੇ ਨੇ। ਸੋਨੀਆ ਹੱਥ ਵਿੱਚ ਪੈਸੇ ਗਣ ਰਹੀ ਹੈ ਕਿ ਇੰਨੇ ਹਜ਼ਾਰ ਮੇਰੇ ਕੋਲ ਆ ਗਏ ਆ, ਇੰਨੇ ਹਜ਼ਾਰ ਦਿਓ ਤਾਂ ਫਿਰ ਤੁਹਾਡੇ ਬੰਦੇ ਭੇਜੂਗੀ। ਇਹ ਸਮਗਲਿੰਗ ਦਾ ਕੰਮ ਕਰਦੀ ਸੋਨੀਆ, ਜਿਹਦੇ ਉੱਪਰ ਕੇਸ ਵੀ ਰਜਿਸਟਰ ਨੇ ਔਰ ਅਸੀਂ ਪੁਲਿਸ ਲੁਧਿਆਣਾ ਗੱਲਬਾਤ ਕੀਤੀ ਹੈ, ਇਹਦੇ ਉੱਪਰ ਕੇਸ ਰਜਿਸਟਰ ਨੇ, ਇਹ ਹੁਣ ਇੰਡੀਆ ਨਹੀਂ ਜਾ ਸਕਦੀ। ਸੋ ਇਹ ਅਰੈਸਟ ਹੋ ਗਈ, ਕੋਈ ਕੇਸ ਮੇਟਰ ਰਜਿਸਟਰ ਨਹੀਂ ਹੈ ਸਰ। ਲਿਸਨ ਟੂ ਮੀ, ਓਕੇ ਨੈਕਸਟ ਕਾਲ ਪਲੀਜ਼, ਨੈਕਸਟ ਕਾਲ। ਸੋਨੀਆ ਜੀ ਆਈ ਨੋ ਰੱਖੋ, ਬਾਕੀ ਸਰ ਤੁਸੀਂ ਕਿਹਾ ਵੀ ਕੰਪਲੇਂਟ ਕਿਉਂ ਨਹੀਂ ਕੀਤੀ, ਅਸੀਂ ਔਰ ਕਿਹੜੀ ਕੰਪਲੇਂਟ ਹੈ ਜਿਹਦੇ ਮਲੇਸ਼ੀਆ 'ਚ ਕਰ ਰੱਖੀ ਆ? ਓਕੇ ਹੋਲਡ ਆਨ, ਲੈਟ ਮੀ ਟਾਕ ਟੂ, ਓਕੇ ਸੋਨੀਆ ਜੀ ਬੋਲੋ, ਹੋਲਡ ਕਰੋ ਲਾਈਨ ਨੂੰ। ਨੰਬਰ 2 ਕਾਲਰ ਪਲੀਜ਼। ਸਰ ਜੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ, ਕੁੜੀ ਬੋਲਣ ਨੂੰ ਨਹੀਂ ਹਟਦੀ। ਤੇ ਦੂਜੀ ਗੱਲ ਸਰ ਇਹਨੂੰ ਪੁੱਛੋ ਕਿ ਚੱਲ ਤੂੰ ਨਹੀਂ ਪੈਸਾ ਆਇਆ ਕਿੱਥੋਂ, ਪਹਿਲਾਂ ਮੈਨੂੰ ਇਹ ਦੱਸੇ ਪੈਸਾ ਆਇਆ ਕਿੱਥੋਂ, ਨੋਰਮਲ ਘਰ 'ਚ ਪੈਸਾ ਕਿੱਥੋਂ ਆਉਂਦਾ ਸਰ ਦੱਸੋ, ਇਹ ਕੋਈ ਛੋਟਾ ਮੋਟਾ ਥੋੜੀ ਨਾ ਹੈਗਾ ਵਾ, ਇਹ ਲੱਖ ਡੇਢ ਲੱਖ ਤੋਂ ਉੱਤੇ ਦੀ ਗੇਮ ਆ ਸਰ ਜੀ, ਇਹ ਝੂਠ ਇੰਨਾ ਬੋਲਦੀ ਪਈ ਆ, ਪਤਾ ਨਹੀਂ ਇਹਨੇ ਕਿੰਨਿਆਂ ਦੀ ਜ਼ਿੰਦਗੀ ਸਰ ਖਰਾਬ ਕੀਤੀ ਹੋਣੀ ਆ। ਇਹ ਕੱਲੀ ਸੋਨੂ ਮੋਨੂ ਦੀ ਗੱਲ ਨਹੀਂ ਹੈਗੀ, ਇਹ ਲਕਸ਼ਮਣ ਰਾਵਣ ਵੀ ਵਿੱਚੇ ਆਉਣੇ, ਦੇਖਿਓ ਮੈਂ ਤੁਹਾਨੂੰ ਸਰ ਵੀਡੀਓ, ਮੇਰੀ ਗੱਲ ਸੁਣੋ ਸਰ, ਵੀਡੀਓ ਵਾਇਰਲ ਹੁੰਦੀ ਪਈ ਮੇਰੀ, ਠੀਕ ਹੈ ਨਾ, ਜੇ ਮੈਂ ਕਿਸੇ ਨਾਲ ਗਲਤ ਕੀਤਾ ਹੋਊਗਾ ਆਪੇ ਕੋਈ ਨਾ ਕੋਈ ਆ ਜਾਊਗਾ ਸਰ ਜੀ, ਗਲਤ ਦੀ ਗੱਲ ਨਹੀਂ ਹੈਗੀ, ਤੁਸੀਂ ਦੱਸੋ ਐਡਾ ਪੈਸਾ ਕਿੱਥੋਂ ਆ, ਸਾਨੂੰ ਤਾਂ ਕੋਈ ਪੈਸਾ ਜੇ ਅੱਜ ਇਹਨੇ ਮੇਰੇ ਨਾਲ ਕੀਤਾ, ਨਹੀਂ ਜੇ ਅੱਜ ਇਹਨੇ ਮੇਰੇ ਨਾਲ ਕੀਤਾ ਕੱਲ ਕਿਸੇ ਹੋਰ ਨਾਲ ਵੀ ਕਰੂਗਾ, ਉਹ ਵੀ ਕੁੜੀ ਸਾਹਮਣੇ ਆਊਗੀ ਮੈਨੂੰ ਵੇਖ ਕੇ, ਪਤਾ ਨਹੀਂ ਇਹਨੇ ਕਿੰਨਿਆਂ ਦੇ ਨਾਲ ਕੀਤਾ ਹੋਣਾ ਹੈ ਇਹਨੇ, ਆਪ ਦੀ ਹੁੰਦੀ ਆ, ਤੁਸੀਂ ਮੈਨੂੰ ਇੰਨੀ ਸਾਨੂੰ ਕੋਈ ਪੈਸਾ ਨੀ ਦਿੰਦਾ, ਇੰਨਾ ਵੱਡਾ ਵੀਡੀਓ ਕੋਲ ਨੂੰ ਤੁਸੀਂ ਕਿੱਥੋਂ ਲਿਆਂਦਾ, ਤੁਸੀਂ ਤਾਂ ਫੇਰ ਮੈਨੂੰ ਦੱਸ ਦੋ ਕਿੱਥੋਂ ਆ ਗਿਆ ਇੰਨਾ ਪੈਸਾ, ਜਿਹੜੇ ਮੁੰਡੇ ਨੇ ਮੈਨੂੰ ਪੈਸੇ ਦਿੱਤੇ ਸੀਗੇ ਆ, ਕੰਮ ਕਰਦੀ ਇਹ ਦੂਸਰੀ ਕੰਟਰੀ ਨੂੰ ਬੰਦਿਆਂ ਨੂੰ ਭੇਜ ਸਕੇ, ਤੇ ਕੋਈ ਲਾਇਸੈਂਸ ਹੈ ਕੋਈ? ਸਰ ਮੈਂ ਨਹੀਂ ਬੰਦੇ ਭੇਜੇ ਹੈਗੇ, ਜਿਹੜੇ ਭੇਜਦੇ ਆ ਸਰ ਤੁਸੀਂ ਉਹਨਾਂ ਨਾਲ ਗੱਲ ਕਰੋ ਨਾ ਸਰ, ਮੈਂ ਥੋੜੀ ਭੇਜੇ, ਮੈਂ ਤਾਂ ਉਹਨਾਂ ਨੂੰ ਸਿਰਫ ਦੱਸਿਆ ਤੂੰ ਕਰ ਰਹੀ ਆ, ਪੈਸੇ ਤੇਰੇ ਹੱਥ ਵਿੱਚ ਆ, ਤੂੰ ਗਾ ਰਹੀ ਆ ਝੂਠੀ ਕਿਸੇ ਇਨਸਾਨ ਦੀ 40 ਹੋਵੇ ਕਮ ਸੇ ਕਮ 40 ਇਹਨਾਂ ਦੇ ਜਿਹੜੇ ਤੇਰੇ ਪਿੰਡਾਂ ਦੇ ਮੁੰਡੇ ਇਹਨੇ ਲੁੱਟਿਆ। ਨੈਕਸਟ ਕਾਲ ਪਲੀਜ਼, ਨੈਕਸਟ ਕਾਲ, ਦੂਸਰੇ ਮਿਲਨੇ ਵੀ ਚੱਕੇ ਗਏ, ਨੈਕਸਟ ਕਾਲ। ਓਕੇ ਆਪਾਂ ਮਾਸਟਰ ਆਪਣੇ ਮਹਾਰਾਜ ਜੂਨੀਅਰ ਦੇ ਨਾਲ ਆਇਆ ਸੀ, ਸਭ ਜਾਣਨਾ ਬਹੁਤ ਜਲਦੀ, ਔਰ ਮੇਰੇ ਖਿਆਲ ਕੇਸ ਵੀ ਸਟੋਰੀ ਨੂੰ ਬਹੁਤ ਜਲਦੀ ਵਾਈਂਡ ਅਪ ਕਰੀਏ। ਨੰਬਰ 1 ਕਾਲਰ ਲਾਈਨ ਤੇ ਹੋ, ਰਣਜੋਤ ਬੋਲੋ। ਹਾਂਜੀ ਬਾਸੀ ਜੀ, ਚਲੋ ਸੋਨੀਆ ਤਾਂ ਗਲਤ ਹੈ ਹੀ ਹੈ, ਸੋਨੂ ਮੋਨੂ ਵੀ ਦੁੱਧ ਧੋਤੇ ਨਹੀਂ ਜੀ ਬਾਸੀ ਜੀ, ਇਹਨਾਂ ਨੇ ਸੋਨੂ ਨੇ ਸੋਨੀਆ ਨਾਲ 5 ਮਹੀਨੇ ਬਲਾਤਕਾਰ ਕੀਤਾ ਜੀ, ਸੋਨੂ ਨੇ ਬਲਾਤਕਾਰ ਕੀਤਾ। ਹਾਂਜੀ ਆ ਪੁੱਛ ਲਓ ਸੋਨੀਆ ਤੋਂ, ਇਲਜ਼ਾਮ ਤਾਂ ਲਾ ਰਹੇ ਕਲਰ ਕਹਿ ਰਹੇ ਆ ਵੀ ਸੋਨੀਆ ਗਲਤ ਆ, ਸੋਨੀਆ ਗਲਤ ਆ, ਜੋ ਠੀਕ ਗਲਤ ਹੈ ਉਹਨੇ ਕੋਈ ਗਲਤ ਕੰਮ ਕੀਤੇ ਹੋਣੇ ਆ ਆਂਟੀ ਵਗੈਰਾ ਦੇ, ਪਰ ਜਿਹੜਾ ਨੂੰ ਭਰੋਸੇ ਚ ਲੈ ਕੇ ਉਹਨਾਂ ਨਾਲ ਬਲਾਤਕਾਰ ਹੋਇਆ ਜੀ।
ਮੋਨੂ ਜੀ ਤੁਹਾਡੇ ਸੋਨੂ ਨੇ ਬਲਾਤਕਾਰ ਕੀਤਾ ਸੋਨੀਆ ਨਾਲ ਜਾਂ ਫਿਰ ਪਿਆਰ ਚ ਰਹੇ ਨੇ? ਪਿਆਰ ਦੇ ਨਾਲ, ਇਹ ਤੁਸੀਂ ਆਪ ਫੋਟੋਆਂ ਦੇਖ ਲਓ ਜੀ, ਸਭ ਕੁਛ ਸ਼ੋ ਕਰ ਰਿਹਾ, ਪਿਆਰ ਦੇ ਨਾਲ ਇਕੱਠੇ ਰਹੇ ਆ, ਇਕੱਠੇ ਰਿਲੇਸ਼ਨ ਬਣਾਇਆ ਇਹਨਾਂ ਨੇ। ਇਹਨੂੰ ਬੱਚਾ ਵੀ ਲਿਆ ਕੋਈ? ਹੁਣ ਇਹਦੇ ਵਿੱਚ ਬਲਾਤਕਾਰ ਉਹਦਾ ਉਹਦੇ ਨਾਲ ਕੀਤਾ ਗਿਆ, ਕੋਈ ਧੱਕਾ ਕੀਤਾ ਹੋਵੇ, ਇਹ ਖੁਦ ਆਪਦੀ ਰਜਾਮੰਦੀ ਨਾਲ, ਉਹ ਚ ਵੀ ਰਜਾਮੰਦੀ ਸੀ, ਇਹ ਚ ਵੀ ਰਜਾਮੰਦੀ ਸੀ। ਬਾਸੀ ਸਾਹਿਬ ਇਹਨਾਂ ਦੇ ਕੇਸ ਰਜਿਸਟਰ ਕਰਾਓ ਸੋਨੂ ਮੋਨੂ ਤੇ ਜੀ ਪੰਜਾਬ ਦੇ ਵਿੱਚ, ਨਾਲੇ ਇਕੱਠੀ ਤਿੰਨੇ ਜਾਣੇ ਚੱਕੀ ਪੀਸਿੰਗ ਕਰਨ ਜੀ ਉੱਥੇ, ਆਪਣੇ ਜਾ ਕੇ ਪੰਜਾਬ ਦੇ ਵਿੱਚ ਦਿੱਲੀ ਤੋਂ ਚੱਕ ਲੈਣ ਜੀ, ਉੱਥੋਂ ਦੇ ਇਹਨਾਂ ਨੂੰ ਤਿੰਨਾਂ ਨੂੰ। ਸੋਨੂ ਜੀ ਮਤਲਬ ਮੋਨੂ ਤੁਹਾਡੇ ਸੋਨੂ ਨੇ ਇਹਨੂੰ ਸੋਨੀਆ ਨੂੰ ਛੱਡਿਆ ਕਿਉਂ ਆ? ਬੁਲਾਏ ਸੀ ਆਪਣੇ ਪਿੰਡਾਂ ਦੇ, ਉਹ ਚੱਕੇ ਗਏ, ਉਹ ਸੋਨੂ ਨੂੰ ਫੋਨ ਕਰਨ ਲੱਗ ਗਏ ਵੀ ਇਹ ਕੁੜੀ ਤੇਰੇ ਨਾਲ ਰਹਿੰਦੀ ਹੈ, ਇਹ ਸਾਡੇ ਮੁੰਡੇ ਨੂੰ ਫਸਾ ਦੇ। ਅਗਲੀ ਕਾਲ ਪਲੀਜ਼, ਸਰ ਨੈਕਸਟ ਕਾਲ ਦਿਓ ਪਲੀਜ਼, ਨੰਬਰ 14 ਕਾਲ। ਹੈਲੋ ਜੀ, ਬੋਲੋ ਜੀ। ਮੈਂ ਤੁਹਾਨੂੰ ਪਹਿਲੀ ਵਾਰੀ ਕਾਲ ਕਰਨ ਲੱਗਾ ਤੇ ਮੈਂ ਤੁਹਾਨੂੰ ਇਹ ਪ੍ਰੋਗਰਾਮ ਤੁਹਾਡਾ ਮੈਂ ਦੇਖਦਾ ਰਹਿੰਦਾ ਐਵਰੀ ਡੇ, ਬਟ ਇਹਦੇ ਵਿੱਚ ਜਿਹੜੀ ਇਸ ਵੇਲੇ ਜਿਹੜੀ ਗੱਲ ਚੱਲਦੀ ਪਈ ਨਾ, ਉਹ ਇਹ ਆ ਕਿ ਇੱਕ ਤਾਂ ਜਿਹੜੀ ਇਹ ਲੇਡੀ ਹੈਗੀ ਆ ਸੋਨੀਆ, ਹੈਲੋ ਹਾਂਜੀ ਬੋਲੋ ਜੀ ਬੋਲੋ, ਹਾਂ ਜਿਹੜੀ ਸੋਨੀਆ ਆ ਨਾ ਜੀ, ਇਹ ਕਹਿੰਦੀ ਮੈਂ ਏਜੰਟੀ ਨਹੀਂ ਕਰਦੀ, ਇਹ ਹੋ ਸਕਦਾ ਨਹੀਂ ਕਰਦੀ ਜਾਏਗੀ, ਪਰ ਇਹ ਲੋਕਾਂ ਦੇ ਬੰਦੇ ਜਿਹਨਾਂ ਨੇ ਬਾਹਰ ਜਾਣਾ ਆ ਜਾਂ ਬੰਦੇ ਉਹ ਪਿੰਡਾਂ ਚੋਂ ਸ਼ਹਿਰਾਂ ਚ ਘੇਰ ਕੇ ਉਹ ਆਪਣੀ ਕਮਿਸ਼ਨ ਲੈਂਦੀ ਹੋਏਗੀ ਤੇ ਏਜੰਟਾਂ ਨੂੰ ਦਿੰਦੀ ਹੋਊਗੀ, ਲੇਕਿਨ ਇਹ ਬੰਦਾ ਆਮ ਘਰਾਨੀਆਂ ਜਨਾਨੀਆਂ ਜਿਹੜੀਆਂ ਆਉਂਦੀਆਂ ਆ ਉਹ ਏਦਾਂ ਦੀਆਂ ਕੰਮ ਨਹੀਂ ਕਰ ਸਕਦੀਆਂ, ਜਿਹੜੀਆਂ ਇਸ ਤਰ੍ਹਾਂ ਕੰਮ ਕਰਦੀਆਂ ਆ, ਮੇਰੀ ਗੱਲ ਗੌਰ ਨਾਲ ਸੁਣਿਓ, ਜਿਹੜੀਆਂ ਆਪਣੇ ਹਾਊਸ ਵਾਈਫ ਹੁੰਦੀਆਂ ਆ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀਆਂ, ਇਹ ਜੇ ਇਹ ਕੰਮ ਕਰਦੀ ਆ ਇਹ ਕੋਈ ਛੋਟੀ ਮੋਟੀ ਨਹੀਂ ਹੈਗੀ, ਇਹ ਬੜਾ ਵੱਡਾ ਰੈਕਟ ਹੋਏਗਾ, ਇਹ ਜਿਹੜੀਆਂ ਔਰਤਾਂ ਆ ਲੋਕਾਂ ਦੇ ਮੁੰਡਿਆਂ ਨੂੰ ਗੁੰਮਰਾਹ ਕਰਦੀਆਂ ਆ, ਉੱਥੋਂ ਪੈਸੇ ਖਾਂਦੀਆਂ, ਹੋ ਸਕਦਾ ਜਿਹੜੇ ਪੈਸੇ ਇਹ ਆ ਜੇ ਲੋਕਾਂ ਕੋਲ ਇੰਡੀਆ ਤੋਂ ਇਕੱਠੇ ਕੀਤੇ ਆ ਉਹ ਹੋਣਗੇ, ਫਿਰ ਮੁੰਡਿਆਂ ਨਾਲ ਗਲਤ ਰਿਲੇਸ਼ਨ ਬਣਾਉਂਦੀਆਂ ਆ, ਫਿਰ ਉਹਨਾਂ ਨੂੰ ਆਪਣਾ ਜਦੋਂ ਇਹਨਾਂ ਦਾ ਟਾਈਮ ਨਿਕਲ ਜਾਂਦਾ ਆ ਫਿਰ ਮਤਲਬ ਹੁੰਦਾ ਆ ਫਿਰ ਅਗਲੇ ਨੂੰ ਬਲੈਕਮੇਲ ਕਰਦੀਆਂ ਆ। ਮੈਂ ਸਟੋਰੀ ਸਾਰੀ ਸੁਣ ਲਈ ਆ, ਸਾਡੇ ਘਰ ਵੀ ਧੀਆਂ ਭੈਣਾਂ ਹੈਗੀਆਂ, ਪਰ ਮੈਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ, ਨਾ ਇਸ ਕੁੜੀ ਨੂੰ ਕਰਨਾ ਚਾਹੁੰਦਾ, ਨਾ ਮੈਂ ਹੋਰ ਕਿਸੇ ਨੂੰ ਕਰਨਾ ਚਾਹੁੰਦਾ, ਮੈਂ ਸਾਂਝੀ ਗੱਲ ਕਰਦਾ ਪਿਆ ਵੀ ਜਿਹੜੀ ਇਹ ਕੁੜੀ ਆ ਇਹ 110% ਜਿਹੜੀ ਆ ਨਾ ਇਹ ਮੈਂ ਲਫ਼ਜ਼ ਨੂੰ ਵੀ ਬੋਲਣਾ ਚਾਹੁੰਦਾ ਇਹ ਇੱਕਦਮ ਰੋਂਗ ਹੈਗੀ ਆ, ਅਤੇ ਮੈਂ ਇਹ ਨਹੀਂ ਕਹਿੰਦਾ ਵੀ ਮੁੰਡੇ ਸਹੀ ਆ, ਮੁੰਡੇ ਵੀ ਹੋਣਗੇ, ਪਰ ਇਹ ਜਿਹੜੀ ਇਹ ਲੜਕੀ ਜਿਹੜੀ ਆ ਤੁਹਾਡੇ ਸ਼ੋਅ 'ਤੇ ਆਈ ਆ, ਬਾਸੀ ਸਾਹਿਬ ਮੇਰੀ ਰਿਕੁਐਸਟ ਆ ਇਹ ਜਿਹੜੀ ਨਾ ਇਹਦੀ ਸਟੋਰੀ ਲੰਬੀ ਨਾ ਕਰੋ, ਇਹਨੂੰ ਇਹਦੇ ਇਹਦਾ ਤੁਸੀਂ ਉੱਦਾਂ ਫੋਲਣਾ ਫੋਲੋ ਇਹਦੇ ਨਾਲ ਕਿੱਡਾ ਵੱਡਾ ਰੈਕਟ ਆ, ਔਰ ਇਹ ਜਿਹੜੀਆਂ ਇੱਕ ਬਲੈਕਮੇਲ ਆ, ਮੈਂ ਬੜਾ ਕੁਛ ਦੇਖਿਆ ਮੇਰੇ ਵਿੱਚ ਬੋਲੀ ਨਾ ਜੀ, ਅਸੀਂ ਇਸ ਸਟੋਰੀ ਨੂੰ ਛੋਟੀ ਕਰਾਂਗੇ, ਬਾਈਂਡ ਆਪਣੇ ਕਰ ਦੇਵਾਂਗੇ, ਤਾਂ ਸਾਨੂੰ ਫਿਰ ਪਰਦਾ ਫਾਸਟ ਨਹੀਂ ਹੋਣਾ, ਸਾਡੇ ਲੋਕ ਹੋਰ ਅੜਕੇ ਨਹੀਂ ਆਉਣੇ, ਰੁੜਕੇ ਤਾਂ ਹੋਗੇ, ਲੰਬੀ ਸਟੋਰੀ ਹੋ ਗਈ, ਜਿੰਨੇ ਇਹਨੂੰ ਸਟ੍ਰੈਸ ਕਰਾਂਗੇ ਜਿੰਨੇ ਅਸੀਂ ਮਤਲਬ ਪਾਣੀ 'ਚ ਮਧਾਣੀ ਪਾਵਾਂਗੇ, ਕੁਛ ਮਿੰਟਾਂ ਨਹੀਂ ਪਰ ਪਾਣੀ 'ਚ ਮਧਾਣੀ ਨਹੀਂ, ਇਸ ਵੇਲੇ ਅਸੀਂ ਮਧਾਣੀ ਪਾਈ ਹੋਈ ਆ ਕੁਛ ਰੜਕਣ ਵਾਸਤੇ ਜਿਹਦੇ ਵਿੱਚ ਕੁਛ ਕੱਢ ਰਹੇ ਅਸੀਂ, ਸੋ ਅਸੀਂ ਇੱਕ ਤੋਂ ਵੱਧ ਲੋਕਾਂ ਨੂੰ, ਹਾਂ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਰਹੇ ਹਾਂ ਬਿਲਕੁਲ, ਔਰ ਝੂਠ ਫੜ ਹੋਇਆ ਇੱਕ, ਲੇਕਿਨ ਜਦੋਂ ਕੋਈ ਕਾਲਰ ਕਾਲ ਕਰਦਾ ਨਾ ਜੀ ਇਹਨੂੰ ਕਹੋ ਵੀ ਆਰਾਮ ਨਾਲ ਬੈਠੇ ਚੁੱਪ ਕਰਕੇ ਅਗਲੇ ਦੀ ਗੱਲ ਸੁਣੇ, ਜਦੋਂ ਅਗਲੇ ਦੀ ਗੱਲ ਖਤਮ ਹੁੰਦੀ ਹੈ ਤਾਂ ਜਵਾਬ ਦਿਆ ਕਰੇ, ਇਹ ਸਹੀ ਨਹੀਂ ਹੈ, ਇਸ ਕਰਕੇ ਪਲੀਜ਼ ਇਹ ਤੇ ਥੋੜੀ ਜਿਹੀ ਨੱਠ ਪਾਈ ਜਾਵੇ, ਇਹ ਇੱਕ ਝੂਠ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਝੂਠਾ ਹੁੰਦਾ ਦੂਜੇ ਦੀ ਗੱਲ ਸੁਣਦਾ ਨਹੀਂ ਹੈ ਤੇ ਵਿੱਚ ਆਪਣੀ ਗੱਲ ਕਰਨ ਲੱਗ ਪੈਂਦਾ, ਤੇ ਇਹ ਸਾਡੇ ਪਾਸ ਪੁਖਤਾ ਪਰੂਫ ਨੇ ਕਿ ਲੜਕੀ ਜਿਹੜੀ ਆ ਕਾਫੀ ਹੱਦ ਤੱਕ ਝੂਠ ਬੋਲ ਰਹੀ ਆ, ਨੋ ਡਾਊਟ ਬਾਈ ਸਾਹਿਬ, ਤੁਹਾਡਾ ਸ਼ੋਅ ਉਦੋਂ ਦਾ ਦੇਖਦਾ ਜਦੋਂ ਇਹ ਚਾਲੂ ਹੋਇਆ, ਹੁਣ ਸਾਰੀ ਸਟੋਰੀ ਮੈਂ ਸੁਣੀ ਆ, ਲੇਕਿਨ ਇਹ ਤਾਂ ਅਸੀਂ ਹੁਣ ਕਾਲ ਲਗਾਉਣ ਆਪਾਂ ਟਾਈਮ ਖਰਾਬ ਕਰਕੇ ਇਹਨਾਂ ਨੂੰ ਤੁਹਾਨੂੰ ਸੁਜੈਸ਼ਨ ਦਿੰਦੇ ਹਾਂ ਬਈ
ਤੁਹਾਡੇ ਵਾਸਤੇ ਵੀ ਸੌਖਾ ਹੋ ਜਾਊਗਾ। ਅਸੀਂ ਤਾਂ ਅਲੱਗ ਅਲੱਗ ਸ਼ਹਿਰਾਂ 'ਚ ਬੋਲਦੇ ਹਾਂ, ਠੀਕ ਹੈ ਨਾ, ਅਸੀਂ ਸਾਨੂੰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ, ਕਿਸੇ ਸਾਡੇ ਨਾਲ ਦੋਸਤੀ ਨਹੀਂ, ਬਟ ਇਹਨੂੰ ਥੋੜ੍ਹੀ ਜਿਹੀ ਚਾਹੀਦੀ ਅਕਲ ਚਾਹੀਦੀ ਹੈ ਵੀ ਤੇਰੇ ਕੋਈ ਭਰਾ ਵੀ ਲੱਗ ਸਕਦਾ, ਤੇਰੇ ਕੋਈ ਕੁਛ ਵੀ ਰਿਸ਼ਤੇਦਾਰ ਲੱਗ ਸਕਦਾ, ਅਸੀਂ ਤਾਂ ਕਾਲ ਕਰਦੇ ਇਹਨੂੰ ਬੰਦੇ ਮੈਂ ਗੱਲ ਹੀ ਸੁਣਨੀ ਆਉਂਦੀ, ਪਹਿਲਾਂ ਗੱਲ ਸੁਣੇ ਫਿਰ ਜੋ ਬੋਲਣਾ ਬੋਲੇ। ਇਹ ਬਿਲਕੁਲ ਮੇਰਾ ਆਪਣਾ ਓਪੀਨੀਅਨ ਆ ਅਤੇ ਇਹ ਮੈਂ ਇੱਦਾਂ 100% ਨਹੀਂ ਕਹਿੰਦਾ, ਪਰ ਕਾਫੀ ਹੱਦ ਤੱਕ ਇਹ ਗਲਤ ਹੈਗੀ ਆ। ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਬੀਬੀ, ਤੂੰ ਨਾ ਚੁੱਪ ਕਰਕੇ ਲੋਕਾਂ ਦੀਆਂ ਗੱਲਾਂ ਸੁਣ, ਅੱਜ ਤੂੰ ਇਹ ਕਰਦੀ ਆ ਠੀਕ ਆ, ਪਰ ਤੂੰ ਅੱਜ ਹੁਣ ਬੱਚਾ ਹੈਗੀ, ਤੂੰ ਬਹੁਤ ਸਟਰਾਂਗ ਆ, ਇਹ ਚ ਕੋਈ ਸ਼ੱਕ ਨੀ ਹੈਗੀ, ਜਿੰਨਾ ਤੂੰ ਬੋਲਦੀ ਆ ਨਾ ਇਹ ਇਸ ਕਰਕੇ ਬੋਲਦੀ ਆ ਤੇ ਤੂੰ ਮਤਲਬ ਗਲਤ ਹੈਗੀ ਆ। ਗਲਤ ਮਤਲਬ ਇਹ ਨਹੀਂ ਮੈਨੂੰ ਮੇਰੇ ਮੂੰਹ ਤੇ ਸਰ ਕੋਈ ਕਹਿੰਦਾ ਪਿਆ ਹੈਗਾ ਕਿ ਹਾਂ ਤੂੰ ਇੱਦਾਂ ਕਰਦੀ ਪਈ ਉਦਾਂ ਕਰਦੀ, ਸਰ ਮੇਰੇ ਤੋਂ ਸਾਰੇ ਪ੍ਰੂਫ ਆ, ਜਿਹੜੇ ਜਿਹੜੇ ਬੰਦਿਆਂ ਨੇ ਮੇਰੇ ਤੋਂ ਪੈਸੇ ਲਿੱਤੇ ਹੋਏ ਨੇ, ਮੇਰੇ ਤੋਂ ਹਰ ਇੱਕ, ਮੈਂ ਕਿਸੇ ਤੋਂ ਹੱਥ ਨੀ ਪੈਸੇ ਲਿੱਤੇ ਆ, ਮੈਂ ਕਿਸੇ ਤੋਂ ਹੱਥ ਨਹੀਂ ਸਰ ਪੈਸੇ ਲਿੱਤੇ ਹੈਗੇ, ਠੀਕ ਹੈ ਨਾ। ਸੋਨੀਆ ਲਿਸਨ ਐਂਡ ਸਟਾਪ ਇਟ। ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਜਿੰਨੀਆਂ ਵੀ ਤੈਨੂੰ ਅਸੀਂ ਕਾਲ ਕਰਦੇ, ਜਿੰਨੇ ਬੰਦੇ ਵੀ ਕਰਦੇ ਆ, ਤੂੰ ਹਰ ਗੱਲ ਦਾ ਇੱਕੋ ਜਵਾਬ ਦਿੰਦੀ ਆ, ਮੇਰੇ ਕੋਲ ਪ੍ਰੂਫ ਆ, ਤੈਨੂੰ ਕੋਈ ਡਾਊਟ ਸੀਗਾ ਜਿਹਦੇ ਕਰਕੇ ਤੂੰ ਹਰ ਗੱਲ ਦਾ ਪ੍ਰੂਫ ਰੱਖਿਆ? ਜੇ ਤੇਰੇ ਮੁੰਡੇ ਨਾਲ ਸੰਬੰਧ ਸੀਗੇ ਤਾਂ ਠੀਕ ਆ, ਤੂੰ ਹਰ ਗੱਲ, ਜਿਹੜਾ ਕੋਈ ਬੰਦਾ ਗੱਲ ਕਰਦਾ, ਮੇਰੇ ਕੋਲ ਰਿਕਾਰਡਿੰਗ ਪਈ ਆ, ਮੇਰੇ ਕੋਲ ਪ੍ਰੂਫ ਆ, ਮੇਰੇ ਕੋਲ ਇਹ ਆ, ਜਿਹੜੀਆਂ ਹਾਊਸ ਵਾਈਫ ਹੁੰਦੀਆਂ ਉਹ ਇਸ ਤਰ੍ਹਾਂ ਨਹੀਂ ਕਰਦੀਆਂ, ਤੇਰਾ ਹਾਊਸ ਵਾਈਫ ਵਾਲਾ ਕੋਈ ਕੰਮ ਨਹੀਂ ਹੈਗਾ। ਜਿੰਨੀਆਂ ਪਾਸੇ ਸਾਹਿਬ ਦੇਖਦੇ ਆ ਇੱਥੇ ਸ਼ੋਅ ਤੇ ਅਸੀਂ ਦੇਖਦੇ ਪਏ ਜੋ ਪੈਸੇ ਦਾ ਕੰਮ ਜਾਂ ਤੇਰਾ ਰੁੱਖ ਢੰਗ ਦੇਖਦੇ ਪਏ ਵੀਡੀਓ ਚਲੀ ਚੱਲਦੀ ਆ, ਇਹ ਹਾਊਸ ਵਾਈਫ ਵਾਲੀ ਨਹੀਂ ਹੈਗੀ। ਤੇਰੇ ਤੇਰਾ ਦਿਮਾਗ ਜਿਹੜਾ ਬੜਾ ਸ਼ਾਂਤ ਆ, ਇਹ 'ਚ ਕੋਈ ਵੀ ਸ਼ੱਕ ਨਹੀਂ ਹੈਗੀ। ਪਰ ਮੈਂ ਤੁਹਾਨੂੰ ਸਲਾਹ ਦਿੰਦਾ ਆ, ਘਰ ਬਣ ਕੇ ਚਾਹੇ ਜਿੱਦਾਂ ਵੀ ਹੈਗਾ ਆ, ਤੈਨੂੰ ਇਹ ਸਲਾਹ ਦਿੰਦਾ ਵੀ ਤੂੰ ਇਹ ਕੰਮ ਕਰਨੇ ਛੱਡ ਦੇ, ਮਿਹਰਬਾਨੀ ਹੋਏਗੀ ਤੇਰੀ। ਤੇਰੇ ਮੁੱਤੇ ਨੂੰ ਦੇਖ ਕੇ ਹੋਰ ਵੀ ਜਿਹੜੀਆਂ ਕੁੜੀਆਂ ਆ ਉਹ ਇਹ ਮਤਲਬ ਤੇਰੇ ਮੁੰਡੇ ਲੱਗ ਕੇ ਉਹ ਵੀ ਇਸ ਤਰ੍ਹਾਂ ਦੇ ਕੰਮ ਕਰੂਗੀਆਂ, ਤੇ ਇਹ ਗੱਲ ਚੰਗੀ ਨਹੀਂ ਤੇਰੇ ਵਾਸਤੇ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਕਾਲਜ, ਧੰਨਵਾਦ। ਸੋ ਇਹ ਸਲਾਹ ਸੋਨੀਆ ਦਿੱਤੀ ਗਈ ਹੈ, ਪਰ ਸੋਨੀਆ ਸਲਾਹ ਲੈਣ ਵਾਲੀ ਹੈ ਮੇਰਾ ਖਿਆਲ ਨਹੀਂ। ਸੋਨੀਆ ਜਿਹੜੀ ਹੈ ਇਸ ਵੇਲੇ ਸਲਾਹ ਤੋਂ ਦੂਰ ਹੈ, ਸਗੋਂ ਖੁਦ ਇਹੋ ਜਿਹੀ ਸਲਾਹ ਦਿੰਦੀ ਹੈ ਕਿ ਹੋਰ ਇਹੋ ਜਿਹੀਆਂ ਔਰਤਾਂ ਆਉਣ ਤੇ ਇਹੋ ਜਿਹਾ ਕੰਮ ਕਰਨ ਅਤੇ ਸਾਡੇ ਸਮਾਜ ਦੀਆਂ ਔਰਤਾਂ ਜਿਹੜੀਆਂ ਨੇ ਉਹ ਹੋਰ ਬਦਨਾਮ ਆਪਣਾ ਨਾਮ ਕਰਾਉਣ। ਸੋ ਹਰ ਔਰਤ ਇਹੀ ਕੰਮ ਕਰਦੀ ਆ, ਕੈਨੇਡਾ ਵਿੱਚ ਸਵੇਰ ਤੱਕ ਸ਼ਾਮ ਤੱਕ 10-12 ਘੰਟੇ ਕੰਮ ਕਰਕੇ ਬੱਚਿਆਂ ਦਾ ਘਰ ਆਣ ਕੇ ਕੰਮ ਕਰਨਾ, ਬੱਚਿਆਂ ਨੂੰ ਪਾਲਣਾ, ਘਰ ਦੀ ਸਫਾਈ ਕਰਨਾ, ਰੋਟੀ ਟੁੱਕ ਤਿਆਰ ਕਰਨਾ ਅਤੇ ਹੋਰ ਕਿੰਨੇ ਕੰਮ ਕਰਦੇ ਕਰਦੀਆਂ ਨੇ ਔਰਤਾਂ ਸਾਡੇ ਕੈਨੇਡਾ ਵਿੱਚ, ਬਾਹਰ ਦੇਸ਼ਾਂ ਵਿੱਚ। ਇਹ ਐਡੀ ਇੰਨੀ ਔਰਤ ਛਾਤਰ ਆ ਜਿਹੜੀ ਕਿ ਝੂਠ ਤੇ ਝੂਠ ਬੋਲ ਰਹੀ ਆ, ਔਰ ਮੈਨੂੰ ਮੋਨੂ ਜੀ ਦੁੱਖ ਤੁਹਾਡੇ ਤੇ ਆ, ਤੁਹਾਨੂੰ ਤੇ ਇਲਜ਼ਾਮ ਲਾਇਆ, ਤੁਸੀਂ ਹੁਣ ਤੱਕ ਇਹਨੂੰ ਪੁਲਿਸ ਦੇ ਹਵਾਲੇ ਕਿਉਂ ਨਹੀਂ ਕੀਤਾ? ਇਹਦੇ ਪਿੱਛੇ ਕੀ ਕਾਰਨ ਕੀ ਆ ਉਹ ਮੈਂ ਜਾਣਨਾ ਚਾਹੁੰਦਾ, ਉਸ ਤੋਂ ਪਹਿਲਾਂ ਮੈਂ ਜੁੜ ਰਿਹਾ। ਤੇ ਸੋਨੀਆ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣਾ ਪੱਖ ਪੇਸ਼ ਕਰਨ ਲਈ? ਮੈਂ ਤਾਂ 30 ਸਕਿੰਟ ਦੇ ਰਿਹਾ। ਮੈਂ ਸਰ ਕੁਛ ਨੀ ਕਹਿਣਾ ਚਾਹੁੰਦੀ ਹਾਂ, ਠੀਕ ਹੈ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹੈਗੀ ਕਿ ਜਿਹੜਾ ਵੀ ਮੇਰੇ ਤੇ ਇਲਜ਼ਾਮ ਲਾਉਂਦੇ ਹੈ ਨਾ ਕਿ ਮੈਂ ਏਜੰਟੀ ਦਾ ਕੰਮ ਕਰਦੀ ਹਾਂ, ਕੁਛ ਵੀ ਮੈਂ ਸਰ ਇੱਦਾਂ ਦਾ ਕੋਈ ਕੰਮ ਨੀ ਏਜੰਟੀ ਦਾ ਕਰਦੀ। ਮੈਨੂੰ ਪੁੱਛਿਆ, ਮੈਂ ਉਹਨਾਂ ਨੂੰ ਦੱਸ ਦਿੱਤਾ, ਠੀਕ ਹੈ, ਮੈਂ ਜਿੰਨਾ ਜਿੰਨਾ ਨੂੰ ਪੈਸੇ ਸੈਂਡ ਕੀਤੇ ਜਿਹੜੇ ਏਜੰਟੀ ਦਾ ਕੰਮ ਕਰਦੇ ਪਏ ਆ, ਮੈਂ ਤੁਹਾਨੂੰ ਨੰਬਰ ਸੈਂਡ ਕਰ ਦਿੰਦੀ ਹਾਂ, ਠੀਕ ਹੈ, ਮੈਂ ਤੁਹਾਨੂੰ ਪੈਸੇ ਦੀ ਡਿਟੇਲ ਸੈਂਡ ਕਰ ਦਿੰਦੀ ਹਾਂ। ਮੈਂ 1 ਰੁਪਇਆ ਵੀ ਸਰ ਕਿਸੇ ਤੋਂ ਨਹੀਂ ਲਿਆ ਹੈਗਾ ਆ, ਠੀਕ ਹੈ। ਜਿੰਨੇ ਪੈਸੇ ਲੱਗਦੇ ਆ, ਜਿੰਨੇ ਏਜੰਟ ਲੈਂਦੇ ਹੈਗੇ, 65 ਲੈਂਦੇ, 70 ਲੈਂਦੇ, ਜਿੰਨੇ ਲੈਂਦੇ, ਉਸ ਤੋਂ 1 ਰੁਪਇਆ ਮੈਂ ਸਰ ਵੱਧ ਨੀ, ਕੋਈ ਘੱਟ ਨੀ, ਕੁਛ ਨੀ, ਠੀਕ ਹੈ। ਉਹਨਾਂ ਦਾ ਕੰਮ ਹੋਇਆ ਨਹੀਂ ਹੋਇਆ ਏਜੰਟਾਂ ਨੂੰ ਪਤਾ, ਮੈਨੂੰ ਨੀ ਪਤਾ, ਠੀਕ ਹੈ। ਮੈਂ ਏਜੰਟ ਕੰਮ ਨਹੀਂ ਕਰਦੇ, ਤੁਸੀਂ ਏਜੰਟਾਂ ਦੇ, ਤੁਸੀਂ ਏਜੰਟਾਂ ਦਾ ਕੰਮ ਨਹੀਂ ਸੀ ਕਰਦੇ, ਪਰ ਤੁਸੀਂ ਏਜੰਟਾਂ ਦੇ ਲਈ ਕੰਮ ਕਰਦੇ ਸੀ? ਚੋਰੀ ਕਰਨ ਦਾ ਆਈਡੀਆ ਦਿੰਦੇ ਸੀ ਕਿ ਚੋਰ ਕਿੱਧਰ ਦੀ ਵੜੇ ਤੇ ਚੋਰੀ ਕਿਹਦੇ ਘਰ ਕਰਨੀ ਹੈ, ਤੁਹਾਡਾ ਇਹ ਕੰਮ ਸੀ? ਓਕੇ ਫਾਈਨ, ਚੋਰੀ ਕਰਨ ਵਾਸਤੇ ਕਰਾਉਣ ਵਾਲਾ ਕਾਨੂੰਨ ਦੇ ਮੁਤਾਬਕ ਇੱਕ ਨਜ਼ਰ ਨਹੀਂ ਰੱਖੀ ਜਾਂਦਾ। ਜੋ ਟਾਈਮ ਇਜ਼ ਓਵਰ, ਥੈਂਕ ਯੂ ਸੋ ਮਚ। ਲਾਸਟ ਮੋਨੂ ਜੀ, ਮੇਰਾ ਲਾਸਟ ਸਵਾਲ ਤੁਹਾਨੂੰ ਆ, ਮੈਂ ਸਟੂਡੈਂਟ ਵਾਈਂਡ ਅਪ ਕਰ ਰਿਹਾ।
चोरी कराने वाले दोनों सजा एक जी है वो मन गई कि मैं एजेंट नहीं सी एजेंट वाले काम कर रही थी इसका मतलब कि शी इज पार्ट ऑफ दैट हां जी मोनू जी तुम थानू वो कहते मैं कर रही हूं वो पुलिस को कहती कॉल नहीं मैं किया मैं क्यों नहीं किया कहते मुझे पता नहीं सकता झूठ आता ਇਹ ਸਾਬਤ ਕਰ ਚੁੱਕਾ ਕਿ ਝੂਠ ਬੋਲੀ ਆ ਮੋਨੂ ਜੀ ਮੈਨੂੰ ਸਵਾਲ ਛੱਡ ਤੇ ਆ ਮੈਂ ਤੁਹਾਡੇ ਤੇ ਦੋਸ਼ ਲਾਈ ਆ ਤਾਂ ਲਾਈਨ ਕੱਟ ਦੇ ਆਪਣੇ ਸਭ ਲਾਈਨ ਰਹਿਣ ਦਿਓ ਮੋਨੂ ਦੀ ਮੋਨੂ ਜੀ ਸਵਾਲ ਇਹ ਹੈ ਤੁਹਾਨੂੰ ਥਰਡ ਸਮ ਦੇ ਰਿਹਾ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਇਨਫੋਰਮ ਕਰਦੇ ਕਿ ਤੁਹਾਡੇ ਤੇ ਐਲੀਗੇਸ਼ਨ ਆ ਰਹੀ ਆ ਆਲਰੇਡੀ ਕਰ ਚੁੱਕੇ ਸਰ ਮੈਂ ਅੱਜ ਤੁਹਾਡੇ ਪੈਨਲ ਨਾਲ ਜੁੜਿਆ ਇਸ ਕਰਕੇ ਆਪਣਾ ਪੱਖ ਰੱਖਣ ਵਾਸਤੇ ਆਲਰੇਡੀ ਮੈਂ ਮਲੇਸ਼ੀਆ ਪੁਲਿਸ ਵਿੱਚ ਵੀ ਅੰਬੈਸੀ ਵਿੱਚ ਵੀ ਇੰਡੀਆ ਵਿੱਚ ਵੀ ਕੰਪਲੇਂਟ ਹੋ ਚੁੱਕੀ ਹੈ ਪਰਚਾ ਹੋ ਗਿਆ ਦਰਜ ਹੋ ਗਿਆ ਇਹਦੇ ਤੇ ਇੱਥੇ ਵੀ ਦੋ ਚਾਰ ਦਿਨਾਂ ਦੇ ਵਿੱਚ ਇਹਨਾਂ ਨੂੰ ਪਿੰਨ ਭਰ ਲੈਣਾ ਉਹਨਾਂ ਨੇ ਤੁਸੀਂ ਇੱਥੇ ਮਲੇਸ਼ੀਆ ਦੀ ਪੁਲਿਸ ਨੂੰ ਰਿਪੋਰਟ ਕਦੋਂ ਕੀਤਾ ਆ ਸਾਨੂੰ ਹੋ ਗਿਆ ਜੀ 2 ਮਹੀਨੇ ਦੇ ਲਗਭਗ ਹੋ ਗਏ ਹਾਂਜੀ 16 ਅਕਤੂਬਰ ਨੂੰ ਇਹਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਉਸ ਤੋਂ ਦੂਸਰੇ ਦਿਨ ਅਸੀਂ ਕੰਪਲੇਂਟ ਪਾਈ ਸੀ ਇਹਦੇ ਤੇ ਸੁਣੋ ਗੱਲ ਸੋਨੂ ਮੋਨੂ ਤੇ ਸੋਨੀਆ ਤੁਸੀਂ ਨੇ ਮੋਨੂ ਜੀ ਲਾਸਟ ਨੂੰ ਸੁਣੋ ਤੁਹਾਨੂੰ ਇਹਨੇ ਪੂਰਾ ਮੁੰਨ ਦਿੱਤਾ ਆ ਹਰ ਪਾਸਿਓਂ ਤੁਸੀਂ 16 ਅਕਤੂਬਰ ਕਿੰਨਾ ਸਮਾਂ ਬੀਤ ਚੁੱਕਾ ਹੈ ਆ ਦਸੰਬਰ ਹੈ 22 ਤਰੀਕ ਹੈ ਅੱਜ ਤੁਸੀਂ ਲੇਟ ਨਾਈਟ ਹੈ ਸਵੇਰ ਨੂੰ ਜਾ ਕੇ ਦੁਬਾਰਾ ਇਹਦੀ ਇੱਕ ਹੋਰ ਕੰਪਲੇਂਟ ਕਰੋ ਫਰੈਸ਼ ਕੰਪਲੇਂਟ ਕਰੋ ਸਾਡੀ ਇਹ ਵੀਡੀਓ ਜੋ ਵਾਇਰਲ ਹੋਈਆਂ ਨੇ ਜਾਂ ਰਿਕਾਰਡਡ ਮੈਸੇਜ ਹੈ ਸਾਡਾ ਪੁਲਿਸ ਨੂੰ ਹੈਂਡਓਵਰ ਕਰ ਦਿਓ ਜੇ ਪੁਲਿਸ ਨੂੰ ਲੋੜ ਪਈ ਤਾਂ ਅਸੀਂ ਇਹ ਇੱਕ ਅਫੀਸ਼ੀਅਲੀ ਤੌਰ ਤੇ ਪੁਲਿਸ ਨੂੰ ਇੱਕ ਲੈਟਰ ਵੀ ਭੇਜ ਸਕਦੇ ਹਾਂ ਤਾਂ ਆਪਣੇ ਅਫੀਸ਼ੀਅਲੀ ਤੌਰ ਤੇ ਕੋਰਟ ਨੂੰ ਇਹ ਰਿਕਾਰਡ ਵੀ ਭੇਜ ਦੇਵਾਂਗੇ ਤਾਂ ਕਿ ਤੁਸੀਂ ਸੇਫ ਰਹਿ ਸਕੋ ਸੋ ਤੁਸੀਂ ਆਪਣੀ ਐਮਬੈਸੀ ਨੂੰ ਇੰਡੀਅਨ ਐਮਬੈਸੀ ਨੂੰ ਇਨਫੋਰਮ ਕਰੋ ਤੁਹਾਨੂੰ ਪਤਾ ਹੈ ਇਹਦਾ ਨਾਂ ਕੀ ਪੂਰਾ ਔਰ ਜੇ ਤੁਹਾਡੇ ਕੋਲ ਪਾਸਪੋਰਟ ਦੀ ਫੋਟੋ ਕਾਪੀ ਆ ਉਹ ਵੀ ਭੇਜ ਦਿਓ ਪਲੱਸ ਤੁਸੀਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਤੁਹਾਡੇ ਤੇ ਕੋਈ ਐਸਾ ਨਾ ਦੋਸ਼ ਲਾ ਦੇਵੇ ਜਿਹਦਾ ਤੁਹਾਨੂੰ ਜੇਲ੍ਹ ਜਾਣਾ ਪੈ ਜਾਵੇ ਸੋ ਤੁਸੀਂ ਮੈਨੂੰ ਵਾਅਦਾ ਕਰੋ ਆਉਣ ਵਾਲੇ ਸਮੇਂ ਤੁਹਾਡੇ ਲਈ ਸੇਫ ਰਹੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰੋ ਕਿ ਜ਼ਿੰਦਗੀ ਵਿੱਚ ਉਹ ਕੰਮ ਕਰੋ ਜਿਹੜਾ ਕੰਮ ਸਹੀ ਹੈ ਤੁਹਾਨੂੰ ਅੱਗੇ ਦਿੰਦਾ ਜਿਸ ਵੀ ਦੇਸ਼ ਵਿੱਚ ਰਹਿੰਦੇ ਹੋ ਗੁੱਡ ਲੱਕ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਕਾਨੂੰਨ ਨੂੰ ਫਲੋ ਕਰੋਗੇ ਧੰਨਵਾਦ ਥੈਂਕ ਯੂ ਸਰ ਥੈਂਕ ਯੂ